ਸੰਗਤ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਬੁੱਧਵਾਰ ਦੀ ਤਰ੍ਹਾਂ NRI ਪ੍ਰੋਗਰਾਮ ਲੈ ਕੇ ਆਪ ਦੀ ਸੇਵਾ ਵਿੱਚ ਹਾਜ਼ਰ ਹਾਂ। ਜਿਸ ਤਰ੍ਹਾਂ ਆਪ ਨੂੰ ਪਤਾ ਕਿ ਪਿਛਲੇ ਬੁੱਧਵਾਰ ਅਸੀਂ NRI ਪ੍ਰੋਗਰਾਮ ਦੇ ਵਿੱਚ ਜੋ ਇੰਡੀਆ ਦੇ ਵਿੱਚ ਕਹਿਰ ਮਚਿਆ ਹੜ੍ਹਾਂ ਦਾ, ਉਹਦੇ ਸੰਬੰਧ ਵਿੱਚ ਹੀ ਗੱਲ ਕੀਤੀ ਸੀ। ਅੱਜ ਵੀ ਥੋੜ੍ਹੀ ਜਿਹੀ ਗੱਲ ਉਹਦੇ ਸੰਬੰਧ 'ਚ ਕਰਕੇ, ਉਹ ਤੋਂ ਬਾਅਦ ਅਸੀਂ ਜੋ ਇੰਡੀਆ ਦੇ ਵਿੱਚ ਹੋਰ ਇੱਕ ਸਾਡੇ NRI ਭੈਣ ਭਰਾਵਾਂ ਲਈ ਬੜੀ ਸਿਰਦਰਦੀ ਬਣੀ ਹੋਈ ਹੈ, ਜਿਹਦੇ ਲਈ ਸਾਰੇ ਹੀ ਸਾਡੇ NRI ਭੈਣ ਭਰਾ ਫਿਕਰਮੰਦ ਹਨ, ਉਹਦੇ ਲਈ ਦੱਸਾਂਗੇ। ਕਿਉਂਕਿ ਅਫਵਾਹਾਂ ਬਹੁਤ ਤਰ੍ਹਾਂ ਦੀਆਂ ਫੈਲ ਰਹੀਆਂ ਅਤੇ ਜਿਹਦੇ 'ਚ ਸੁਣ ਸੁਣ ਕੇ ਲੋਕ ਹੋਰ ਵੀ ਪਰੇਸ਼ਾਨ ਹੁੰਦੇ। ਸਭ ਤੋਂ ਪਹਿਲਾਂ ਮੈਂ ਇਹ ਦੱਸਾਂ ਵੀ ਮੈਂ ਉਹਨਾਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਹੜ੍ਹ ਪੀੜਤਾਂ ਲਈ ਬਹੁਤ ਸਾਰੀ ਮਾਇਆ ਜਿਨ੍ਹਾਂ ਨੇ ਭੇਜੀ ਹੈ। ਅੱਜ ਵੀ ਮੇਰੇ ਕੋਲ ਕੁਝ ਉੱਥੋਂ ਵਲਵਰਹੰਪਟਨ ਤੋਂ ਮਾਇਆ ਜੋ ਆਈ ਹੈ, ਬੀਬੀ ਅਜੀਤ ਕੌਰ ਜੀ ਮਾਨ ਜਿਹੜੇ ਕਿ ਵਲਵਰਹੰਪਟਨ ਰਹਿੰਦੇ ਹਨ, ਉਹਨਾਂ ਨੇ 105 ਪੌਂਡ ਭੇਜੇ ਹਨ ਹੜ੍ਹ ਪੀੜਤਾਂ ਲਈ। ਅਤੇ ਸਰਦਾਰ ਮੁਖਤਿਆਰ ਸਿੰਘ ਜੀ ਜਿਹੜੇ ਵਲਵਰਹੰਪਟਨ ਰਹਿੰਦੇ ਹਨ, ਉਹਨਾਂ ਨੇ 100 ਪੌਂਡ ਭੇਜਿਆ ਹੈ। ਅਤੇ ਬੀਬੀ ਤਲਵਿੰਦਰ ਕੌਰ ਜਿਨ੍ਹਾਂ ਨੇ 50 ਪੌਂਡ ਭੇਜੇ ਹਨ। ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹ ਜਿਨ੍ਹਾਂ ਨੇ ਮਾਇਆ ਭੇਜੀ ਹੈ, ਗੁਰੂ ਮਹਾਰਾਜ ਉਹਨਾਂ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਣ, ਉਹਨਾਂ ਦੇ ਖਜ਼ਾਨੇ ਭਰਪੂਰ ਕਰਨ। ਕਿਉਂਕਿ ਆਪ ਬਹੁਤ ਸਾਰੇ ਮੀਡੀਆ 'ਤੇ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਹੜ੍ਹ ਨੇ ਤਬਾਹੀ ਕੀਤੀ, ਜਿੱਦਾਂ ਹੜ੍ਹ ਆਇਆ ਏਡੇ ਜ਼ੋਰ ਦਾ, ਸੇਵਾ ਵੀ ਇੰਨੇ ਹੀ ਜ਼ੋਰਾਂ 'ਤੇ ਚੱਲ ਰਹੀ ਹੈ। ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੇ ਪੇਂਡੂ ਲੋਕ ਜਿੱਥੇ ਕਿ ਹੜ੍ਹ ਨਹੀਂ ਆਏ, ਉਹਨਾਂ ਨੇ ਜੋ ਹੈਲਪ ਕੀਤੀ ਹੈ ਉਹ ਵੀ ਇੱਕ ਬਹੁਤ ਸ਼ਲਾਘਾਯੋਗ ਹੈ। ਕਿਉਂਕਿ ਉਹ ਜਿਹੜੇ ਹੜ੍ਹਾਂ ਦੀ ਮਾਰ ਹੇਠ ਆ ਗਏ, ਉਹਨਾਂ ਦਾ ਜਿਹੜਾ ਘਾਟਾ ਪੂਰਾ ਕਰਨਾ ਉਹ ਕੋਈ ਸੌਖੀ ਗੱਲ ਨਹੀਂ। ਗੌਰਮੈਂਟਾਂ ਵੀ ਲੱਗੀਆਂ ਹੋਈਆਂ, ਉਹ ਵੀ ਨਹੀਂ ਘਾਟੇ ਪੂਰੇ ਕਰ ਸਕਦੀਆਂ। ਪਰ ਕਈ ਥਾਵਾਂ 'ਤੇ ਸੁਣਨ ਨੂੰ ਆਉਂਦਾ ਜਿੱਥੇ ਕੋਈ ਗੌਰਮੈਂਟ ਦਾ ਨੁਮਾਇੰਦਾ ਪਹੁੰਚਿਆ ਹੀ ਨਹੀਂ, ਪ੍ਰਾਈਵੇਟ ਹੀ ਜਿਹੜੀਆਂ ਸੰਸਥਾਵਾਂ ਹਨ ਉਹਨਾਂ ਨੇ ਵੋਟਾਂ ਲੈ ਕੇ ਹਾਇਰ 'ਤੇ ਕਰਕੇ, ਕਿਸੇ ਨੇ ਹਾਇਰ 'ਤੇ ਕੀਤੀ ਲੈ ਕੇ ਉੱਥੇ ਉਹਨਾਂ ਨੂੰ ਰਾਸ਼ਨ ਪਹੁੰਚਾਇਆ। ਸੋ ਇਹੋ ਜਿਹੀ ਆਫਤ ਵੇਲੇ ਇਨਸਾਨੀਅਤ ਦੇ ਪੱਖ ਤੋਂ ਫਰਜ਼ ਬਣਦਾ ਹੈ, ਉੱਥੇ ਇਕੱਲੇ ਸਿੱਖਾਂ ਦੀ ਗੱਲ ਨਹੀਂ, ਮੁਸਲਮਾਨ ਹਿੰਦੂ ਸਾਰੇ ਹੀ ਭਰਾ ਜਿੰਨੇ ਵੀ ਇਨਸਾਨੀਅਤ ਦੇ ਤੌਰ 'ਤੇ ਸਾਰੇ ਵੱਧ ਤੋਂ ਵੱਧ ਆਪਣੀ ਸੇਵਾ ਕਰ ਰਹੇ ਹਨ। ਅਤੇ ਸੰਗਤ ਟਰੱਸਟ ਨੇ ਵੀ ਇਹਦੇ ਲਈ ਇੱਥੋਂ ਵੀ ਟੀਮ ਗਏ, ਸਾਡੇ ਸੰਗਤ ਟਰੱਸਟ ਦੇ ਟਰੱਸਟੀ ਭਾਈ ਰਣਧੀਰ ਸਿੰਘ ਜੀ ਉਹ ਵੀ ਕੱਲ੍ਹ ਪਹੁੰਚ ਚੁੱਕੇ ਹਨ ਉੱਥੇ ਇੰਡੀਆ ਦੇ ਵਿੱਚ। ਅਤੇ ਸਾਡੇ ਕੈਮਰਾਮੈਨ ਜੋ ਭਾਈ ਜਗਮੋਹਨ ਸਿੰਘ ਜੀ ਹਨ ਉਹ ਵੀ ਪਹੁੰਚੇ ਹਨ, ਭਾਵਾਂ ਕਿ ਉਹ ਵੈਸੇ ਤਾਂ ਉਹਨਾਂ ਨੂੰ ਮਜਬੂਰਨ ਜਾਣਾ ਪਿਆ। ਕਿਉਂਕਿ ਮੈਂ ਇਹ ਵੀ ਗੱਲ ਦੱਸਣੀ ਚਾਹਾਂਗਾ, ਉਹਨਾਂ ਦੀ ਮਾਤਾ ਜੀ ਚੜ੍ਹਾਈ ਕਰ ਗਏ ਜਿਸ ਕਰਕੇ ਉਹ ਗਏ, ਅਤੇ ਉਸ ਤੋਂ ਬਾਅਦ ਉੱਥੇ ਇੱਥੇ ਜਿੱਥੇ ਵੀ ਸੇਵਾਵਾਂ ਚੱਲਦੀਆਂ ਹਨ ਉੱਥੇ ਪਹੁੰਚਣਗੇ। ਅਸੀਂ ਉਹਨਾਂ ਦੇ ਮਾਤਾ ਲਈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਕਿ ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਕਿਉਂਕਿ ਮਾਂ ਦਾ ਚਲੇ ਜਾਣਾ ਦੁਨੀਆ ਦੇ ਸੰਸਾਰ ਦੇ ਉੱਤੇ ਇਹ ਇੱਕ ਐਸਾ ਰਿਸ਼ਤਾ ਹੈ ਮਾਂ ਪੁੱਤ ਦਾ, ਮਾਂ ਧੀ ਦਾ। ਜਦੋਂ ਮਾਂ ਕਿਸੇ ਦੀ ਚਲੇ ਜਾਂਦੀ ਹੈ ਤਾਂ ਉਦੋਂ ਹੀ ਪਤਾ ਅਹਿਸਾਸ ਹੁੰਦਾ ਕਿ ਮਾਂ ਦਾ ਪਿਆਰ ਕੀ ਹੁੰਦਾ। ਕਿਉਂਕਿ ਹਰ ਮਾਂ ਦਾ ਕੀਤਾ ਕੋਈ ਵੀ ਬੱਚਾ ਦੇ ਨਹੀਂ ਸਕਦਾ। ਸੋ ਇਸ ਕਰਕੇ ਉਸੇ ਵਕਤ ਹੀ ਉਸਨੂੰ ਇੱਥੋਂ ਜਾਣਾ ਪਿਆ। ਇਹਦੇ ਨਾਲ ਹੀ ਮੈਂ ਇੱਕ ਗੱਲ ਜੋੜ ਦਿਆਂ ਕਿ ਉਹਦੇ ਕੋਲ OCI ਨਹੀਂ ਸੀ, ਅਤੇ ਖੜ੍ਹੇ ਪੈਰ ਜਦੋਂ ਪਤਾ ਲੱਗਾ ਬੜੀ ਮੁਸ਼ਕਲ ਨਾਲ ਉਹਨੇ ਫਿਰ ਵੀਜ਼ਾ ਲਿਆ, ਜਿਹੜਾ ਕਿਉਂਕਿ ਹਾਈ ਕਮਿਸ਼ਨ ਦੇ ਜਾਣਾ ਪਿਆ। ਮੈਂ ਇਹ ਵੀ ਬੇਨਤੀ ਕਰਾਂਗਾ ਕਿ OCI ਦਾ ਸਾਨੂੰ ਫਾਇਦਾ ਬਹੁਤ ਆ, ਤੁਸੀਂ OCI ਵੀ ਲੈ ਕੇ ਜ਼ਰੂਰ ਰੱਖੋ, ਜਾਂ ਇਸ ਤੋਂ ਬਾਅਦ ਹੋਰ ਵੀ ਕੁਝ ਈ-ਵੀਜ਼ੇ ਦੀ ਗੱਲ ਅਸੀਂ ਪੁੱਛਣ ਜੀ ਹੁਣਾਂ ਤੋਂ ਬਾਅਦ ਪੁੱਛਾਂਗੇ। ਪਰ ਜਿੱਥੇ ਆਪ ਮਾਇਆ ਬਹੁਤ ਸਾਰੀ ਭੇਜਦੇ ਹੋ, ਮੈਂ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਨਹੀਂ ਭੇਜੀ ਉਹ ਵੀ ਭੇਜਣ ਦੀ ਕਿਰਪਾਲਤਾ ਕਰਨ, ਤਾਂ ਕਿ ਉੱਥੇ ਉਹਨਾਂ ਦੀ ਕੁਝ ਨਾ ਕੁਝ ਮਦਦ ਹੋ ਸਕੇ। ਜਿਨ੍ਹਾਂ ਦਾ ਕੋਈ ਮਕਾਨ ਨਹੀਂ ਰਿਹਾ ਕਿਤੇ, ਉਹਨਾਂ ਦੇ ਕਈ ਵਾਰ ਤੁਸੀਂ ਦੇਖਦੇ ਹੋ ਟੈਲੀਵਿਜ਼ਨ 'ਤੇ ਲੋਕ ਉੱਚੀਆਂ ਥਾਵਾਂ ਦੇ ਉੱਤੇ ਤਰਪੈਲਾਂ ਲਾ ਕੇ ਬੈਠੇ ਹੋਏ ਹਨ, ਸੋ ਉਹਨਾਂ ਲਈ ਦਵਾਈਆਂ ਦੀ ਵੀ ਬੜੀ ਜ਼ਰੂਰਤ ਹੈ, ਅਤੇ ਸਪਰੇਆਂ ਹੋ ਰਹੀਆਂ ਤਾਂ ਕਿ ਮੱਖੀ ਮੱਛਰ ਤੋਂ ਕੋਈ ਹੋਰ ਬਿਮਾਰੀ ਨਾ ਫੈਲ ਸਕੇ। ਸੋ ਇਸ ਲਈ ਵੱਧ ਤੋਂ ਵੱਧ ਆਪਾਂ ਇਹਦੇ ਵਿੱਚ ਯੋਗਦਾਨ ਪਾਉਣਾ, ਆਉਣ ਵਾਲੇ ਸਮੇਂ 'ਤੇ ਵੀ
ਜਿਹੜੀ ਇਹ ਤੁਹਾਡੀ ਮਾਇਆ ਦਿੱਤੀ ਹੋਈ ਆ, ਜਿੱਥੇ ਜਿੱਥੇ ਲੱਗੂਗੀ ਉਹ ਟੈਲੀਵਿਜ਼ਨ ਦੇ ਰਾਹੀਂ ਆਪ ਨੂੰ ਸੂਚਿਤ ਕੀਤਾ ਜਾਵੇਗਾ। ਸੋ ਇਸ ਦੇ ਨਾਲ ਹੁਣ ਅਸੀਂ ਆਪਣੇ ਅਸਲ ਮੁੱਦੇ ਵੱਲ ਆਈਏ, ਜਿਹੜਾ ਕਿ ਸਾਡਾ NRI ਪ੍ਰੋਗਰਾਮ ਦੇ ਵਿੱਚ ਅਸਲ ਮੁੱਦਾ ਹੁੰਦਾ ਕਿ ਲੋਕਾਂ ਦੀਆਂ NRI ਦੀਆਂ ਪਰੇਸ਼ਾਨੀਆਂ। ਪਰ ਆਪ ਬਹੁਤ ਸਾਰੇ ਸੱਜਣਾਂ ਨੂੰ ਪਤਾ ਲੱਗਾ ਕਿ 7 ਅਗਸਤ ਨੂੰ ਇੱਕ ਸੁਪਰੀਮ ਕੋਰਟ ਦਾ ਜੱਜਮੈਂਟ ਆਈ ਆ, ਜਿਹਦੇ 'ਚ ਕਿ ਕਿਸੇ ਨੇ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਉਹ ਜਿਹੜੇ ਕਬਜ਼ੇ ਵਾਲੇ ਉਹ ਸੁਪਰੀਮ ਕੋਰਟ ਦੀ ਜੱਜਮੈਂਟ ਨਾਲ ਉਹ ਮਾਲਕ ਬਣ ਗਏ ਹਨ। ਅਤੇ ਉਹਦੇ ਲਈ ਜੋ ਜੱਜਮੈਂਟ ਆਈ ਹੈ, ਸਾਡੇ ਨਾਲ ਅੱਜ ਸਰਦਾਰ ਸੁਰਿੰਦਰ ਸਿੰਘ ਜੀ ਸੰਧੂ NRI ਪ੍ਰੋਪਰਟੀ ਵਾਲੇ, ਜਿਨ੍ਹਾਂ ਦਾ ਦਫ਼ਤਰ ਵੁਲਵਰਹੈਂਪਟਨ ਦੇ ਵਿੱਚ ਹੈ, ਇੱਕੋ ਇੱਕ ਦਫ਼ਤਰ ਉਹਨਾਂ ਦਾ ਵੁਲਵਰਹੈਂਪਟਨ ਦੇ ਵਿੱਚ ਹੈ, ਭਾਵਾਂ ਕਿ ਹੋਰ ਵੀ ਇਸ ਨਾਂ 'ਤੇ ਪ੍ਰੋਪਰਟੀਆਂ ਦੇ ਆਪਣੇ NRI ਦੇ ਪ੍ਰੋਗਰਾਮ ਜਾਂ ਦਫ਼ਤਰ ਰੱਖੇ ਹੋਣਗੇ, ਪਰ ਇਹਨਾਂ ਦਾ ਇੱਕੋ ਇੱਕ ਦਫ਼ਤਰ ਜੋ ਹੈ ਉਹ ਵੁਲਵਰਹੈਂਪਟਨ ਦੇ ਵਿੱਚ ਹੈ। ਸੋ ਇਹ ਇੰਡੀਆ ਗਏ ਹੋਏ ਸੀ ਜਦੋਂ ਇਹ ਜੱਜਮੈਂਟ ਆਈ, ਆਪਾਂ ਇਹਨਾਂ ਕੋਲੋਂ ਕਾਲ ਲੈ ਕੇ ਵੀ NRI ਪ੍ਰੋਗਰਾਮ ਦੇ ਵਿੱਚ ਇਹ ਗੱਲ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗਈ ਸੀ ਕਿ ਕੀ 12 ਸਾਲ ਕਿਸੇ ਦੀ ਪ੍ਰੋਪਰਟੀ 'ਤੇ ਕਿਸੇ ਦਾ ਕਬਜ਼ਾ ਹੋ ਜਾਵੇ ਅਤੇ ਕੀ ਉਹ ਮਾਲਕ ਬਣ ਸਕਦਾ ਜਾਂ ਉਹਦੇ ਵਿੱਚ ਕੀ ਲੂਪ ਹੋਲ ਆ, ਅਤੇ ਸਾਨੂੰ NRI ਭੈਣ ਭਰਾਵਾਂ ਨੂੰ ਕੀ ਕਰਨਾ ਚਾਹੀਦਾ, ਕਿਉਂਕਿ ਇਹਦੇ ਲਈ ਹਰ ਇੱਕ NRI ਪਰੇਸ਼ਾਨ ਹੋਇਆ। ਇੰਨੇ ਫੋਨ ਆਉਂਦੇ ਆ, ਅਸੀਂ ਅੱਜ ਫੋਨ ਦੇ ਬਹੁਤ ਸਾਰੇ ਸੱਜਣਾਂ ਨੂੰ ਇਹੀ ਕਿਹਾ ਕਿ 6 ਤੋਂ 7 ਅਸੀਂ ਇਹ ਲਾਈਵ ਪ੍ਰੋਗਰਾਮ ਕਰਨਾ ਹੈ ਅਤੇ ਤੁਸੀਂ ਉੱਥੇ ਅੱਜ ਸੁਣਨਾ ਸੁਰਿੰਦਰ ਸਿੰਘ ਜੀ, ਅਤੇ ਮੇਰੇ ਨਾਲ ਸੁਰਿੰਦਰ ਸਿੰਘ ਜੀ ਬੈਠੇ ਹਨ, ਉਹਨਾਂ ਦੇ ਨਾਲ ਸ਼੍ਰੀਮਾਨ ਭਰਤ ਭੂਸ਼ਣ ਜੀ ਬੈਠੇ ਆ, ਆਪ ਨੂੰ ਪਤਾ ਹੀ ਹੈ ਕਿ ਜਿਹੜੇ ਹਮੇਸ਼ਾ ਨਾਲ ਹੋਇਆ ਕਰਦੇ। ਮੈਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਆਉਣ ਦਾ ਵੈਲਕਮ ਕਰਦਾ ਜੀ, ਅਤੇ ਮੈਂ ਇਹ ਗੱਲ ਪੁੱਛਣੀ ਚਾਹਾਂਗਾ, ਜਿੱਦਾਂ ਪਤਾ ਹੀ ਆ ਕਿ ਜੋ ਆਪਾਂ ਟੈਲੀਫੋਨ ਰਾਹੀਂ ਵੀ ਤੁਹਾਡੇ ਕੋਲੋਂ ਉੱਥੋਂ ਨਿਊਜ਼ ਸੁਣੀ ਸੀ, 7 ਅਗਸਤ ਦਾ ਜੋ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਹੈ, ਉਹਦੇ ਲਈ ਜੋ 12 ਸਾਲ ਪ੍ਰੋਪਰਟੀ ਕਿਸੇ ਦੇ ਕੋਲ ਰਹਿ ਜਾਏ ਅਤੇ ਉਹ ਮਾਲਕ ਬਣ ਸਕਦਾ, ਇਹਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਕਿਸ ਤਰ੍ਹਾਂ ਐਕਸਪਲੇਨ ਕਰਨਾ ਚਾਹੋਗੇ, ਕਿਉਂਕਿ ਸੋਸ਼ਲ ਮੀਡੀਆ 'ਤੇ ਬਹੁਤ ਸਾਰਿਆਂ ਨੇ ਪਾਈਆਂ ਹੋਈਆਂ ਇੱਦਾਂ ਦੀਆਂ ਚੀਜ਼ਾਂ ਕਿ ਉਹ ਜੀ ਬਸ ਪ੍ਰੋਪਰਟੀ ਤੁਹਾਡੀ ਗਈ, ਤੁਸੀਂ ਬਸ ਹੁਣ ਭੁੱਲ ਜਾਓ ਜਿਹੜਾ 12 ਸਾਲ ਰਹਿ ਗਿਆ ਜਾਂ ਕਿੱਦਾਂ ਕੀ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦਾ ਵੀ 12 ਸਾਲ ਕੋਈ ਖੇਤੀ ਕਰਦਾ ਜਿਹੜੀ ਸਾਡੀ ਜ਼ਮੀਨ ਠੇਕੇ 'ਤੇ ਦਿੱਤੀ ਆ, ਕੀ ਉਹ ਮਾਲਕ ਉਹ ਬਣ ਜੂਗਾ ਜੀ? ਨਹੀਂ, ਇੱਦਾਂ ਨਹੀਂ, ਇਸੇ ਕਰਕੇ ਵੈਸੇ ਉੱਧਰ ਵੀ ਮੈਂ ਜਦੋਂ ਇੰਡੀਆ ਸੀਗਾ ਨਾ ਜੀ, ਇਸੇ ਕਰਕੇ ਮੈਂ ਲਾਈਵ ਆਇਆ ਸੀ ਕਿ ਬਹੁਤ ਕੋਲਾਂ ਜਿਹੜੀਆਂ ਸਾਨੂੰ ਇਸੇ ਕਰਕੇ ਆ ਰਹੀਆਂ ਸੀਗੀਆਂ। ਹਾਂਜੀ, ਅਤੇ ਜਿਹੜਾ ਇਸ ਵੇਲੇ ਛੋਟ ਵੀਡੀਓ ਜਾਂ ਛੋਟ ਜਿਹੜੀ ਇਨਫੋਰਮੇਸ਼ਨ ਬਹੁਤ ਆ ਰਹੀ ਆ ਅਤੇ ਉਹ ਡੀਟੇਲ ਦੇ ਵਿੱਚ ਨਹੀਂ ਅਸੀਂ ਜਾ ਰਹੇ ਹੈਗੇ। ਬਿਲਕੁਲ, ਅਤੇ ਆਈ ਥਿੰਕ ਸਾਡੇ ਜਿਹੜੇ ਭੈਣ ਭਰਾ NRI ਹੈਗੇ ਬਹੁਤ ਘਬਰਾਏ ਹੋਏ ਕਿ ਸਾਡੀਆਂ ਜ਼ਮੀਨਾਂ ਜਾਂ ਸਾਡੀਆਂ ਕੋਠੀਆਂ ਕੁਛ ਚੱਲ ਜਾਣੀਆਂ, ਇੰਨਾ ਈਜ਼ੀ ਨਹੀਂ ਹੈ। ਬਿਲਕੁਲ, ਅਤੇ ਇਹ ਜਿਹੜਾ ਇਹਦੇ ਵਿੱਚ ਇਹ ਜ਼ਰੂਰ ਉਹਨਾਂ ਨੇ ਕਿਹਾ, ਜਿਹੜੇ ਕਿ ਪਹਿਲਾਂ ਵੀ ਤਕਰੀਬਨ 2011 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਡਬਲ ਬੈਂਚ ਬੈਠਾ ਸੀ ਜੀ, ਉਦੋਂ ਜਿਹੜੇ ਕੇਸ ਪਏ ਸੀਗੇ ਅਤੇ ਇਹ ਵੀ ਉਦੋਂ ਵੀ ਕਲੇਮ ਕੀਤਾ ਗਿਆ ਸੀਗਾ ਕਿ ਐਡਵਰਸ ਪੋਜੀਸ਼ਨ ਜਿਹੜੀ ਆ ਉਹ ਸਾਡੇ ਨਾਂ 'ਤੇ ਜਿਹੜਾ ਕੀਤਾ ਜਾਵੇ, ਪਰ ਉਹਨਾਂ ਨੇ ਕਹਿ ਦਿੱਤਾ ਸੀ ਕਿ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਇੱਦਾਂ ਕੀਤਾ ਗਿਆ ਤਾਂ ਇੱਥੇ ਤਾਂ ਬਹੁਤ ਰੌਲਾ ਪਊਗਾ ਜਾਂ ਇੱਥੇ ਬਹੁਤ ਡੈਮੇਜ ਹੋ ਜੂ ਜਿਹੜੇ ਓਨਰਸ ਹੈਗੇ ਆ। ਅਤੇ ਸਮ ਹੋ ਜਿਹੜੇ ਐਤਕਿ 3 ਬੈਂਚ ਬੈਠੇ ਸੀਗੇ ਆਪਣੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕਿ 7 ਅਗਸਤ ਦਾ ਹੈਗਾ ਆ, ਅਤੇ ਉਹਦੇ ਵਿੱਚ ਉਹਨਾਂ ਜ਼ਰੂਰ ਫੈਸਲਾ ਦਿੱਤਾ ਕਿ ਹਾਂ ਇਹਨਾਂ ਨੂੰ ਦਿੱਤਾ ਜਾਵੇ। ਓਕੇ, ਉਹਦੇ ਵਿੱਚ ਆਪਣੀਆਂ 3 ਹੀ ਚੀਜ਼ਾਂ ਆ ਜਾਂਦੀਆਂ ਜਿੰਨੇ ਆਪਾਂ NRI, 3 ਦੀਆਂ ਵਿੱਚ 4 ਹੀ ਆ ਜਾਣੀਆਂ ਹੈਗੀਆਂ, ਆਪਣੀ ਖੇਤੀਬਾੜੀ ਆ ਗਈ ਹੈ ਜੀ, ਆਪਣੀਆਂ ਕੋਠੀਆਂ ਆ ਗਈਆਂ, ਆਪਣੇ ਪਲਾਟ ਆ ਗਏ। ਹੁਣ ਕਈ ਚੀਜ਼ਾਂ ਸਾਸੀ ਮੰਨਦੇ ਹੈਗੇ ਵੀ ਇਹੋ ਜਿਹੀ ਰੂਲਿੰਗ ਆ ਰਹੀ ਆ ਬਹੁਤ ਖਤਰਨਾਕ ਹੈਗੀ, ਹਾਂਜੀ, ਪਰ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਦਾਂ ਨਹੀਂ ਹੈ ਕੋਈ 12 ਸਾਲ ਬੈਠਾ ਤਾਂ ਲਿਆਓ ਜੀ ਹੁਣ ਸਵੇਰ ਨੂੰ ਮੇਰੇ ਨਾ ਕਰਾ ਦਿਓ, ਇੱਦਾਂ ਨਹੀਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਪਰ ਆਉਣ ਵਾਲੇ ਟਾਈਮਾਂ ਦੇ ਵਿੱਚ ਇਹ ਜਿਹੜਾ ਚੀਜ਼ਾਂ ਹਾਲੇ ਹੋਰ ਵੀ ਹੋਣਗੀਆਂ ਜਾਂ ਇਹਨੂੰ ਅਮੈਂਡਮੈਂਟਾਂ ਵੀ ਹੋ ਸਕਦੀਆਂ ਹੈਗੀਆਂ, ਪਰ ਮੇਨ ਜਿਹੜਾ ਇਹਦੇ ਵਿੱਚ ਮੁੱਦਾ ਉਹਨਾਂ ਨੇ ਇਹ ਰੱਖਿਆ ਹੈਗਾ ਕਿ ਜਦੋਂ ਵੀ ਤੁਸੀਂ ਖਾਦ ਐਗਰੀਕਲਚਰ ਦੀ ਆਪਾਂ ਲੈਂਡ ਦੀ ਗੱਲ ਕਰੀਏ ਅਤੇ ਉਹਦੇ ਵਿੱਚ ਜੋ ਕੋਈ ਪ੍ਰੂਫ ਕਰੂਗਾ, ਪਹਿਲੀ ਗੱਲ ਜਿੱਦਾਂ ਆਪਾਂ ਹਮੇਸ਼ਾ ਹੀ ਲਾਈਵ ਵੀ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਤੁਸੀਂ ਜਿਹੜੀ ਗਰਦਾਵਰੀਆਂ ਆਪਣੇ ਨਾਂ 'ਤੇ ਕਰਾਓ। ਬਿਲਕੁਲ, ਹਾਂਜੀ, ਕਈਆਂ ਨੇ ਕਰਾਈਆਂ, ਕਈ ਮੇਰੇ ਖਿਆਲ ਜ਼ਿਆਦਾ ਮੈਜੋਰਟੀ ਕਹਿੰਦੇ ਕੋਈ ਨਹੀਂ ਜੀ ਜਦੋਂ ਜਾਵਾਂਗੇ ਉੱਥੇ ਜਾ ਕੇ ਦੇਖ ਲਾਂਗੇ, ਅਤੇ ਉਹ ਆਪਣੇ ਵਿਆਹ ਸ਼ਾਦੀਆਂ ਤੋਂ ਘੁੰਮ ਫਿਰ ਕੇ ਆ ਜਾਂਦੇ, ਲੇਕਿਨ ਉਹ ਉੱਥੇ ਦਾ ਉੱਥੇ ਰਹਿੰਦਾ ਹੈਗਾ। ਸੋ ਸਾਨੂੰ ਜਿਹੜੀ ਜਿੰਨੀ ਸਾਡੀ ਪ੍ਰੋਪਰਟੀ ਆ ਸਾਨੂੰ ਉਹਦੀ ਪ੍ਰੋਟੈਕਸ਼ਨ ਦੀ ਬਹੁਤ ਜ਼ਰੂਰਤ ਹੈ। ਬਿਲਕੁਲ, ਹਾਂਜੀ, ਸੋ ਸਭ ਤੋਂ ਪਹਿਲਾਂ ਜਿਹੜੀ ਤੁਹਾਡੀਆਂ ਗਰਦਾਵਰੀਆਂ ਆ ਉਹ ਆਪਣੇ ਨਾਂ 'ਤੇ ਜ਼ਰੂਰ ਕਰਵਾਓ। ਬਿਲਕੁਲ, ਠੀਕ ਹੈ, ਜੇ ਨਹੀਂ ਵੀ ਹੋਈਆਂ ਤੁਸੀਂ ਉਹਦਾ ਕੇਸ ਪਾ ਦਿਓ, ਹਾਂਜੀ, ਹੈ ਨਾ, ਘੱਟੋ ਘੱਟ ਤੁਹਾਡੀ ਪ੍ਰੋਸੈਸ ਸ਼ੁਰੂ ਹੋ ਗਈ ਆ, ਤੁਸੀਂ ਕੇਸ ਪਾ ਕੇ ਆਪਣੇ ਨਾਂ 'ਤੇ ਗਰਦਾਵਰੀ ਕਰਵਾ ਸਕਦੇ ਹੋ। ਹੁਣ ਜੇ ਗਰਦਾਵਰੀ ਤੁਹਾਡੇ ਨਾਂ 'ਤੇ ਹੋਗੀ ਜਾਂ ਤੁਹਾਡਾ ਕੇਸ ਵੀ ਪਿਆ ਤਾਂ 12 ਸਾਲ ਵਾਲਾ ਇੱਥੇ ਅਪਲਾਈ ਨਹੀਂ ਹੋਣਾ ਜੀ। ਜੇ ਤੁਹਾਡੇ ਕੋਲ ਰੈਂਟ ਐਗਰੀਮੈਂਟ ਹੈਗਾ ਆ ਭਾਵੇਂ 12 ਸਾਲ ਬੈਠੇ ਨੂੰ ਹੋਇਆ, ਉਹ ਵੀ ਨਹੀਂ ਅਪਲਾਈ ਹੋਣਾ। ਅੱਛਾ, ਹੈ ਨਾ,
ਅਸੀਂ ਇਹ ਜਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ, ਜੇ ਤੁਹਾਡੇ ਕੋਲ ਇਲੈਕਟ੍ਰਿਕ ਮੀਟਰ ਹੈਗਾ ਆ ਉਹ ਵੀ ਪਰੂਫ ਕਰਦਾ ਕਿ ਤੁਹਾਡੀ ਮੋਟਰ ਤੁਹਾਡੇ ਨਾਂ 'ਤੇ ਹੈਗੀ ਆ। ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਦੇਖਣੀਆਂ ਪੈਣੀਆਂ ਹੈਗੀਆਂ ਕਿ ਆਪਣੇ ਕੋਲ ਕੁਛ ਨਾ ਕੁਛ ਹੋਣਾ ਜ਼ਰੂਰੀ ਆ। ਬਿਲਕੁਲ। ਤੋ ਖਾਸ ਕਰਕੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿੰਨੀਆਂ ਸਾਡੀਆਂ ਪ੍ਰੋਪਰਟੀਆਂ, ਚਾਹੇ ਉਹ ਐਗਰੀਕਲਚਰ ਲੈਂਡ ਹੈ ਚਾਹੇ ਉਹ ਅਸੀਂ ਕੋਠੀਆਂ, ਸਾਨੂੰ ਜਿਹੜਾ ਮੈਂ ਹਮੇਸ਼ਾ ਕਹਿੰਦਾ ਲਾਇਸੈਂਸੀ ਡੀਡ ਜਿਹੜੀ ਆ, ਬਹੁਤ ਪ੍ਰੋਗਰਾਮ 'ਚ ਆਪਾਂ ਕਹਿ ਚੁੱਕੇ ਹਾਂ, ਅਤੇ ਉਹ 11 ਮਹੀਨੇ ਦੀ ਹੁੰਦੀ ਹੈਗੀ ਆ। ਉਹਦੇ ਵਿੱਚ ਤੁਸੀਂ ਸਾਈਨ ਕਰਨੇ ਹੁੰਦੇ ਆ, ਜਿਹਨੂੰ ਤੁਸੀਂ ਦੇਣਾ ਉਹਨੇ ਸਾਈਨ ਕਰਨੇ, ਦੋ ਵਿਟਨੈਸ ਹੋਣੇ ਚਾਹੀਦੇ ਆ। ਠੀਕ ਹੈ। ਅਗਰ ਉਹ ਸਾਈਨ ਹੋ ਜਾਂਦੇ ਆ ਫਿਰ ਤੁਹਾਨੂੰ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਕਬਜ਼ੇ ਦੀ ਜਾਂ ਹੋਰ ਕਿਸੇ ਦੀ। ਹਰ 11 ਮਹੀਨੇ ਬਾਅਦ ਉਹਨੂੰ ਰਿਨਿਊ ਕਰਨਾ ਪਊ ਜੀ? ਜਾਂ ਤਾਂ 11 ਵਾਰ ਰਿਨਿਊ ਕਰ ਲਓ, ਜੇ ਤੁਸੀਂ ਦੇਰ ਬਾਅਦ ਜਾਣਾ ਜਾਂ ਆਪਾਂ ਨੂੰ ਪਤਾ ਹੀ ਹੁੰਦਾ ਮੈਂ 2-4 ਸਾਲ ਬਾਅਦ ਆਉਣਾ, ਫਿਰ ਤੁਸੀਂ ਉਹਨੂੰ 11-11 ਮਹੀਨੇ ਦੇ ਕਰਕੇ ਲੰਬੀ ਕਰ ਸਕਦੇ ਹਾਂ, ਪਰ ਫਿਰ ਤੁਸੀਂ ਜਾ ਕੇ ਤਸੀਲੇ ਕਰਨੀ ਪਊਗੀ, ਤੁਹਾਡੀ ਫੋਟੋ ਵੀ ਹੋਊਗੀ, ਸਾਰਾ ਕੁਛ ਹੋਊਗਾ, ਅਤੇ ਉਹ ਜਿਹੜੀ ਫਿਰ ਉਹ ਕਾਫੀ ਹੈਗੀ ਆ, ਅਤੇ ਬਣੀ ਬਣਾਈ ਫੋਰਮ ਹੈਗਾ ਜਦੋਂ ਮਰਜ਼ੀ ਤੁਸੀਂ ਲੈ ਸਕਦੇ ਹਾਂ, ਅਤੇ ਉਹ ਜਿਹੜਾ ਆਪਾਂ ਨੂੰ ਸਾਈਨ ਕਰਾਉਣਾ ਜ਼ਰੂਰੀ ਹੈਗਾ। ਠੀਕ ਹੈ। ਅਗਰ ਉਹ ਸਾਈਨ ਨਹੀਂ ਕਰਦਾ ਫਿਰ ਤੁਸੀਂ ਉਹਦੀ ਜਿਹੜੀ ਆਪਣਾ ਉਹਨੂੰ ਨੋਟਿਸ ਭੇਜ ਦਿਓ ਵਕੀਲ ਦੇ ਥਰੂ। ਫਿਰ ਤੁਸੀਂ ਵਕੀਲ ਦਾ ਨੋਟਿਸ ਭੇਜ, ਤੁਹਾਡਾ ਵੀਰ ਦਾ ਨੋਟਿਸ ਚਲਾ ਗਿਆ, ਉਹਨਾਂ ਦੀ ਫੇਰ ਜਿਹੜੀ ਕੰਪਲੀਕੇਸ਼ਨ ਬਣ ਜਾਣੀ ਹੈਗੀ। ਸਰਿੰਦਰ ਜੀ ਇੱਥੇ ਇੱਕ ਗੱਲ ਹੈਗੀ ਆ ਵੀ ਜਿੱਦਾਂ ਮਤਲਬ ਉਹਦਾ ਸਾਈਨ ਕੀਤੇ ਆ ਪਹਿਲਾਂ 11 ਮਹੀਨੇ ਦੇ। ਹਾਂਜੀ। ਇੱਕ ਕਾਲ ਲੈ ਲਈਏ ਜੀ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੋੜ੍ਹਾ ਜਿਹਾ ਉੱਚੀ ਬੋਲਿਓ ਜੀ, ਆਵਾਜ਼ ਬਹੁਤ ਘੱਟ ਆ ਰਹੀ ਤੁਹਾਡੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਤਰਲੋਚਨ ਸਿੰਘ ਡਰਬੀ ਤੋਂ ਬੋਲ ਰਿਹਾ ਜੀ। ਹਾਂਜੀ ਤਰਲੋਚਨ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ। ਥੈਂਕ ਯੂ ਜੀ। ਤੁਸੀਂ ਇਹ ਬੜੀ ਚੰਗੀ ਇਨਫੋਰਮੇਸ਼ਨ ਸਾਡੇ ਲਈ ਲੈ ਕੇ ਆਏ ਰਹੇ, ਤੇ ਸਾਡੇ ਇਹ ਦੋ ਸੱਜਣ ਆਪਣੇ ਸੰਧੂ ਸਾਹਿਬ ਤੇ ਭੂਸ਼ਣ, ਭਾਰਤ ਭੂਸ਼ਣ ਬੈਠ, ਇਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਥੈਂਕ ਯੂ ਜੀ। PIO ਮੇਰਾ ਕਨਵਰਟ ਕਰਵਾਇਆ ਸੀ ਭਾਰਤ ਭੂਸ਼ਣ ਦਾ, ਗੱਲ ਉੱਥੇ ਲੈ ਕੇ ਮੁੜ ਕੇ ਤੇ ਸੰਧੂ ਸਾਹਿਬ ਨੇ, ਮੈਂ ਇੱਕ ਥੋੜੇ ਚਿਰ ਦੇ ਵਿੱਚ ਪਿਛਲੇ ਸਾਲ ਹੀ ਐਸੀ ਫਰਵਰੀ 'ਚ ਗਿਆ ਸੀ ਅਪਾਰਟਮੈਂਟ ਦੀ ਖਰੀਦਦਾਰੀ, ਇਹਨਾਂ ਨੇ ਮੈਨੂੰ ਇੰਨੀ ਨੇਕ ਸਲਾਹ ਦਿੱਤੀ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਪਹਿਲੀ ਤਾਂ ਗੱਲ ਸ਼ੁਕਰਗੁਜ਼ਾਰ ਤੇ ਜਿਹੜੀ ਇਹ ਇਨਫੋਰਮੇਸ਼ਨ ਦੋਨੋਂ ਸੱਜਣ ਦਿੰਦੇ ਨੇ ਇਸ ਤਰੀਕੇ ਦੀ ਹੁੰਦੀ ਆ ਤੇ ਇਸ ਤਰ੍ਹਾਂ ਤੇ ਤੁਸੀਂ ਜਿਸ ਤਰ੍ਹਾਂ ਹੁਣ ਮੈਂ ਗੱਲ ਕਰਦਾ ਵੀ ਵੱਡਾ ਭਰਾ ਛੋਟੇ ਨੂੰ ਦੱਸੇ ਜਾਂ ਛੋਟਾ ਵੱਡੇ ਨੂੰ ਦੱਸੇ, ਕਿਉਂਕਿ ਮੇਰਾ PIO ਮੈਂ ਮੁੜ ਕੇ ਮੈਂ ਬਹੁਤ ਹੀ ਕਿਉਂਕਿ ਸਿਫਤ ਕਰਨੀ ਵੀ ਲੋਕ ਸੋਚਦੇ ਵੀ ਸ਼ਾਇਦ ਕੋਈ ਪਲਾਂਟਿੰਗ ਤੇ ਨਹੀਂ ਕਰ, ਭਾਰਤ ਭੂਸ਼ਣ ਸਾਹਿਬ ਜੀ ਤੇ ਸੰਧੂ ਸਾਹਿਬ ਇਹਨਾਂ ਦੋਨਾਂ ਹੀ ਸੱਜਣਾਂ ਨੇ ਦਾਸ ਦੇ ਉੱਤੇ ਬਗੈਰ ਫੀਸ ਲਈ ਬਗੈਰ ਕਿਸੇ ਬੜੀ ਚੰਗੀ ਸਲਾਹ ਦਿੱਤੀ। ਸੰਧੂ ਸਾਹਿਬ ਦੇ ਨਾਲ ਆਹ ਜੋ ਇਸ ਪ੍ਰੈਜੈਂਟ ਵਿਸ਼ਾ ਚੱਲ ਰਿਹਾ ਗਦਾਵਰੀਆਂ ਦਾ ਜਾਂ ਜ਼ਮੀਨਾਂ ਦਾ, ਕਿਉਂਕਿ ਇਹਦੇ ਵਿੱਚ ਦਾਸ ਵੀ ਜ਼ਮੀਨਦਾਰ ਫੈਮਿਲੀ ਦੇ ਨਾਲ ਸੰਬੰਧਿਤ ਰੱਖਦਾ, ਉਹ ਸਾਰਾ ਹੀ ਹਰ ਸਾਲ ਅਸੀਂ ਜਿਸ ਤਰ੍ਹਾਂ ਸੰਧੂ ਸਾਹਿਬ ਕਹਿੰਦੇ ਹੁੰਦੇ ਜਦੋਂ ਜਾਂਦੇ ਫਰਦ ਲੈ ਕੇ ਆਇਆ। ਠੀਕ ਹੈ। ਉਹ ਮੈਂ ਫਰਦਾ ਰਹਿੰਦੀ ਜਿਹੜੀ ਗਦਾਵਰੀ ਵਾਲਾ ਸਿਸਟਮ ਆ ਮੇਰੇ ਹਿਸਾਬ ਨਾਲ ਹੁਣ ਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਲਾ ਹੀ ਬਣਾ ਦਿੱਤਾ ਤੇ ਜਿਹੜਾ ਮਾਲਕ ਆ ਖੁਦ ਤੀਸਰੇ ਕਾਲਮ ਚ ਹੈਗਾ ਕਾਸ਼ਤਕਾਰ ਖੁਦ ਮਾਲਕ ਲਿਖਿਆ ਆ। ਬਿਲਕੁਲ। ਗੋਦਾਵਰੀ ਤੇ ਸਾਡੇ ਨਾਂ ਤੇ ਹੀ ਹੋ ਰਹੀ ਆ ਫਿਰ। ਬਿਲਕੁਲ ਜੀ। ਉਹ ਚੜਿਆ ਉਹ ਜਿਹੜੀ ਗਦਾਵਰੀ ਮੈਂ ਪਟਵਾਰੀ ਨੂੰ ਪੁੱਛਿਆ ਜੀ, ਕਹਿੰਦਾ ਤੇ ਤਰਲੋਚਨ ਸਿੰਘ ਜਿਹੜੀ ਗਦਾਵਰੀ ਆ ਹੁਣ ਉਹ ਸਿਸਟਮ ਨਹੀਂ ਹੈਗਾ ਪਟਵਾਰੀ ਵਾਲਾ, ਤੁਸੀਂ ਚੜਾਓ ਖੁਦ ਤੁਹਾਡੇ ਨਾਂ ਤੇ ਚੜ ਰਹੀ ਆ, ਇੱਕ ਤੇ ਇਹ ਕਰ ਦੋ। ਬਾਕੀ ਮੈਂ ਸੰਗਤ ਨੂੰ ਇਹ ਜ਼ਰੂਰ ਅਪੀਲ ਕਰਦਾ ਆਪਣੇ ਸੁਣਨ ਵਾਲਿਆਂ ਨੂੰ, ਆਲੇ ਦੁਆਲੇ ਕਹਿੰਦੇ ਹੁੰਦੇ ਆ ਤੇ ਘਰ ਦੇ ਬੰਦੇ ਨੇ ਬੰਦਾ ਕਈ ਵਾਰੀ ਉਹ ਗੱਲ ਨਹੀਂ ਸੁਣਦਾ, ਹੁਣ ਅਸੀਂ ਤਾਂ ਜਿਹੜੀ ਟੇਪ ਸੁਣੀ ਆ ਪੰਨੂ ਸਾਹਿਬ ਦੀ, ਪੰਨੂ ਸਾਹਿਬ ਕਦੀ ਤਾਂ ਉਹ ਇਮੀਗ੍ਰੇਸ਼ਨ ਨੇ ਦੱਸਿਆ ਲੱਗ ਪੈਂਦੇ ਆ, ਕਦੀ ਉਹ ਕਹਿੰਦੇ ਲੱਗੇ ਸਾਡਾ ਵਿਰੋਧ ਹੋਊ, ਤੇ ਮੈਂ ਗੱਲ ਇਹ ਕਹਿੰਦਾ ਇਹ ਹੋਣ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਪੁੱਛ ਲਿਆ ਕਰੋ, ਜਿਸ ਤਰ੍ਹਾਂ ਭਾਰਤ ਇਮੀਗ੍ਰੇਸ਼ਨ ਦੇ ਦੱਸ ਦਿੰਦੇ ਨੇ ਤੇ ਆਪਣੇ ਸਭ ਨੇ ਆਪਣੇ ਸਾਨੂੰ ਪ੍ਰੋਪਰਟੀ ਦੇ ਬਾਰੇ ਕਰ ਦਿੱਤੇ। ਹਾਂਜੀ। ਆਲੇ ਦੁਆਲੇ ਜਾਣ ਤੋਂ ਪਹਿਲਾਂ ਇਹਨਾਂ ਸੱਜਣਾਂ ਨੂੰ ਇਹਨਾਂ ਸਖਸ਼ੀਤਾਂ ਨੂੰ ਜ਼ਰੂਰ ਕਰ ਲਿਆ ਕਰੋ, ਮੈਂ ਕੋਈ ਦੁਨੀਆਂ ਮਿੱਠੂ ਬਣ ਕੇ ਨਹੀਂ ਗੱਲ ਕਰ ਰਿਹਾ, ਮੈਂ ਸੰਗਤਾਂ ਨੂੰ ਪਹਿਲਾਂ ਫਰਜ਼ੀ ਫੋਨ ਕੀਤਾ ਸੀ, ਇਹਨਾਂ ਦਾ ਧੰਨਵਾਦ ਕੀਤਾ ਸੀ, ਹੁਣ ਫਿਰ ਦੁਬਾਰਾ ਫੇਰ ਕਰਦਾ ਤੁਹਾਡੇ। ਓਕੇ ਜੀ, ਤਰਲੋਚਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਓਕੇ ਜੀ। ਇਹਨਾਂ ਦੀ ਆਵਾਜ਼ ਘੱਟ ਆ ਰਹੀ ਸੀ ਥੋੜੀ ਜਿਹੀ, ਵੈਸੇ ਵੀ ਗਲਤ ਹੈ ਜਿੰਨੀ ਕੁ ਆਪਾਂ ਨਹੀਂ ਪਤਾ ਹੀ ਲੱਗ ਗਿਆ ਜਿੰਨੀ ਕੁ ਗੱਲ ਦਾ।
ਤੋ ਇਹਦਾ ਜਵਾਬ ਤੁਸੀਂ ਦਿਓ ਜਿਹੜੀ ਉਹਨਾਂ ਨੇ ਗੱਲ ਪੁੱਛੀ, ਪਰ ਮੈਂ ਉੱਥੇ ਹੀ ਮੈਂ ਗੱਲ ਪੁੱਛ ਰਿਹਾ ਸੀ ਵੀ 11 ਮਹੀਨੇ ਦਾ ਇੱਕ ਵਾਰ ਐਗਰੀਮੈਂਟ ਕਰ ਲਿਆ। ਹਾਂ ਜਿਹੜੀ ਮੈਨੂੰ ਇਹਨਾਂ ਦਾ ਜਿਹੜਾ ਜਵਾਬ ਸੀ ਨਾ ਉਹ ਗਰਦਾਵਰੀਆਂ ਬਾਰੇ ਕਹਿ ਰਹੇ ਸੀ ਉੱਥੇ ਗੱਲ। ਹਾਂਜੀ ਹਾਂਜੀ, ਜਿਹੜੀਆਂ ਗਰਦਾਵਰੀਆਂ ਪੁਰਾਣੀਆਂ ਆ ਨਾ ਪਿਛਲੀਆਂ 20-30 ਸਾਲਾਂ ਦੀ, ਉਹ ਹਾਲੇ ਉੱਥੇ ਦੀਆਂ ਉੱਥੇ ਉਹਨਾਂ ਦੇ ਨਾਵਾਂ 'ਤੇ ਹੈਗੀਆਂ ਆ, ਬਿਲਕੁਲ ਅਸੀਂ ਚੇਂਜ ਨਹੀਂ ਕਰਵਾਈਆਂ। ਪਰ ਹੁਣ ਜਿਹੜੀਆਂ ਅੱਗੇ ਰਜਿਸਟਰੀਆਂ ਹੋ ਰਹੀਆਂ ਉਹ ਆਟੋਮੈਟਿਕ ਜਿਹੜਾ ਬੰਦਾ ਵਾਹੁੰਦਾ ਆ ਨਾ, ਸੋਰੀ ਜਿਹਦੇ ਮਾਲਕ ਆ ਉਹਦੇ ਨਾਂ 'ਤੇ ਹੋਈ ਜਾਂਦੀ ਹੈ। ਸੋ ਹੁਣ ਇਹ ਗਰਦਾਵਰੀ ਜ਼ਰੂਰੀ ਨਹੀਂ ਸਮਝੀ ਜਾਂਦੀ, ਪੁਰਾਣੇ 'ਚ ਸਮਝੀ ਜਾਂਦੀ ਸੀ। ਇੱਕ ਕਾਲ ਲੈ ਲਈਏ ਜੀ। ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਹਾਂਜੀ ਅਸੀਂ, ਮੈਂ ਸੁਰਜੀਤ ਬੋਲਦੀ ਹਾਂ ਲੰਡਨ ਤੋਂ। ਹਾਂਜੀ ਹਾਂਜੀ ਸਰ, ਮੈਂ ਪੁੱਛਣਾ ਸੀ ਕਿ ਮੇਰੇ ਜਿੱਦਾਂ ਮਮ ਡੈਡ ਇੰਡੀਆ ਆ ਐਂਡ ਮੈਂ ਉਹਨਾਂ ਨੂੰ ਸਪੌਂਸਰ ਕਰਨਾ ਚਾਹੁੰਦੀ ਹਾਂ, ਮੈਂ ਕਰ ਸਕਦੀ ਹਾਂ? ਏਦਾਂ ਇਹ ਲਾਅ ਹੈਗਾ ਆ? ਤੁਸੀਂ ਵਿਜ਼ਿਟਰ ਦੇ ਤੌਰ ਤੇ ਜਾਂ ਉਹਨਾਂ ਨੂੰ ਪਰਮਾਨੈਂਟ? ਹਾਂਜੀ ਮੈਂ ਪਰਮਾਨੈਂਟ ਚਾਹੁੰਦੀ, ਉਹ ਵਿਜ਼ਿਟਰ ਇੱਥੇ 3-4 ਵਾਰ ਆ ਚੁੱਕੇ ਆ। ਹਾਂਜੀ ਵਿਜ਼ਿਟਰ ਕਈ ਵਾਰ ਆ ਚੁੱਕੇ ਆ। ਹਾਂਜੀ ਹਾਂਜੀ, ਵੈਸੇ ਤਾਂ ਸਾਡੇ ਇਮੀਗ੍ਰੇਸ਼ਨ ਵਾਲੇ ਵਕੀਲ ਅੱਜ ਹੈ ਨਹੀਂ ਗੇ, ਪਰ ਭੂਸ਼ਣ ਜੀ ਇਹਦੇ ਬਾਰੇ ਤੁਸੀਂ ਦੱਸੋ। ਨਹੀਂ ਮੈਂ ਨਹੀਂ, ਤੁਸੀਂ ਨਾ ਰਿਸੈਪਸ਼ਨ ਤੋਂ ਹੀ ਸਾਡੇ ਆਫਿਸ ਦਾ ਫੋਨ ਨੰਬਰ ਲੈ ਲਓ। ਹਾਂਜੀ ਤੇ ਸਾਡੇ ਕੋਈ ਇਮੀਗ੍ਰੇਸ਼ਨ ਸਲਿਸਟਰ ਹੁੰਦੇ, ਕੱਲ੍ਹ ਨੂੰ ਹੋਣਾ ਉਹਨਾਂ ਨੇ 11 ਤੋਂ 1 ਵਜੇ ਤੱਕ, ਤੇ ਤੁਸੀਂ ਫੋਨ ਕਰ ਲਿਓ ਤੇ ਉਹ ਤੁਹਾਨੂੰ ਉਹ ਸਾਰੀ ਫੋਨ 'ਤੇ ਸਲਾਹ ਦੇ ਦੇਣਗੇ। ਹਾਂਜੀ ਉੱਦਾਂ ਬੀਬੀ ਜੀ ਮੈਂ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ, ਬਾਕੀ ਤੁਸੀਂ ਉਹਨਾਂ ਦੀ ਸਲਾਹ ਲੈ ਲਿਓ। ਹਾਂਜੀ ਉਹਦੇ ਲਈ ਦੇਖੋ ਪਹਿਲਾਂ ਤੇ ਉਹਨਾਂ ਦੀ ਏਜ ਇਫੈਕਟ ਕਿੱਦਾਂ, ਜਾਂ ਉਹਨਾਂ ਦੇ ਤੁਹਾਡੇ ਪਰਿਵਾਰ 'ਚ ਉੱਥੇ ਹੋਰ ਕੋਈ ਰਹਿੰਦਾ? ਹਾਂਜੀ ਕੋਈ ਨਹੀਂ ਹੈਗਾ ਅੰਕਲ ਜੀ ਸਾਰੇ। ਫਿਰ ਉਹਦਾ ਪ੍ਰੋਸੀਜਰ ਇਹ ਹੁੰਦਾ ਵੀ ਤੁਸੀਂ ਉਹਨਾਂ ਦੀ ਦੇਖਭਾਲ ਕਰ ਰਹੇ, ਇੱਥੋਂ ਤੁਸੀਂ ਪੈਸੇ ਭੇਜ ਰਹੇ ਆ, ਤੁਹਾਡੇ ਕੋਲ ਪ੍ਰੂਫ ਹੋਵੇ, ਬੜਾ ਲੰਬਾ ਪ੍ਰੋਸੈਸ ਆ ਪਰਮਾਨੈਂਟ ਮੰਗਵਾਉਣ ਲਈ। ਅਤੇ ਲੇਕਿਨ ਉੱਦਾਂ ਤੁਸੀਂ ਸਾਡੇ ਦਲਜੀਤ ਸਲੈਸਟਰ ਹੈਗੇ ਆ, ਉਹਨਾਂ ਤੋਂ ਤੁਸੀਂ ਸਾਰੀ ਉਹ ਇਮੀਗ੍ਰੇਸ਼ਨ ਦੇ ਬੜੇ ਮਾਹਿਰ ਆ, ਅਤੇ ਇਹ ਫੋਨ ਲੈ ਕੇ ਤੁਸੀਂ ਉੱਥੇ ਦਫ਼ਤਰ ਕਰਕੇ ਉਹਨਾਂ ਤੋਂ ਸਲਾਹ ਲੈ ਸਕਦੇ ਜੀ। ਓਕੇ ਜੀ ਓਕੇ। ਹਾਂਜੀ ਗੱਲ ਕਰਦੇ 11 ਮਹੀਨੇ ਦੀ। ਹਾਂਜੀ ਤੋ ਜੇ ਤਾਂ ਤੁਸੀਂ 11 ਮਹੀਨੇ ਦੀ ਕਰ ਲਈ ਆ ਠੀਕ ਆ ਰਾਈਟ, ਪਰ ਜੇ ਤੁਸੀਂ ਵਧਾਉਣਾ ਚਾਹੁੰਦੇ ਜਿੱਦਾਂ ਮੈਂ ਕਿਹਾ ਤਹਿਸੀਲੇ ਜਾ ਕੇ ਤੁਹਾਨੂੰ ਉਹ ਜਿੰਨੇ ਚਿਰ ਦੀ ਤੁਸੀਂ ਨਹੀਂ ਮੈਂ ਸੁਰਿੰਦਰ ਜੀ ਹੋਰ ਕੁਐਸਚਨ ਆ ਜੀ ਬਈ, 3-4 ਸਾਲ ਬੰਦਾ ਗਿਆ ਹੀ ਨਹੀਂ। ਹਾਂਜੀ ਤੇ ਉਹਨੇ ਕਾਲ ਲੈਣੀ, ਪਰ ਆਹ ਗੱਲ ਆਪਾਂ ਪੂਰੀ ਕਰ ਲਈਏ। ਹਾਂਜੀ ਉਹ ਗਿਆ ਹੀ ਨਹੀਂ 3-4 ਮਹੀਨੇ 3-4 ਸਾਲ ਕੋਈ ਗੱਲ ਨਹੀਂ, ਤੇ ਉਹ ਫੇਰ ਜੋ ਬੰਦਾ ਕਹਿੰਦਾ ਮੈਂ ਨਹੀਂ ਸਾਈਨ ਕਰਦਾ ਨਾ ਕਰੇ, ਫੇਰ ਤਾਂ ਉਹ ਠੀਕ ਆ, ਉਹ ਠੀਕ ਆ। ਹਾਂ ਇੱਕ ਕਾਲ ਲੈ ਲਈਏ। ਹੈਲੋ ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ। ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਬਲਦੇਵ ਸਿੰਘ ਹੈ ਜੀ, ਮੈਂ ਲੀਡ ਤੋਂ ਬੋਲਦਾ। ਹਾਂਜੀ ਤੇ ਮੈਂ ਪਿਛਲੇ ਵਾਰ ਤਾਂ ਚਲੋ ਤੁਸੀਂ ਦੂਜਾ ਪ੍ਰੋਗਰਾਮ ਕੀਤਾ ਸੀ, ਮੈਂ ਛੋਟਾ ਜਿਹਾ ਕੁਐਸਚਨ ਮੈਂ ਬੜਾ ਨਹੀਂ ਲੰਬਾ ਪਾਉਣਾ। ਹਾਂਜੀ ਮੇਰਾ ਇਹ ਆ ਜੀ, ਉਹ ਜਿੱਦਾਂ ਨਾ ਅੰਕਲ ਜੀ ਹੁਣੀ ਹੁਣੇ ਅਗਲੀ ਗਏ ਸੀ ਨਾ ਇੰਡੀਆ ਤੋਂ, ਆਹ ਦੱਸਿਆ ਰੈਂਟ ਵਾਲੀ ਜਿਹੜੀ ਆ। ਹਾਂਜੀ ਜੋ ਮੇਰੇ ਉੱਥੇ ਨਾ 2 ਮਕਾਨ ਥਾਗੇ ਪੁਰਾਣੇ ਜਿਹੇ ਹੀ ਆ, ਠੀਕ ਆ, ਦਿੱਤੇ ਕਿਰਾਏ ਤੇ ਆ, ਥੋੜੇ ਥੋੜੇ ਉਹ ਮੇਰਾ ਬ੍ਰਦਰ ਹੀ ਰੈਂਟ ਲੈਂਦਾ, ਪਰ ਉਹ ਲਿਖ ਲਿਖਾ ਨਹੀਂ ਹੋਇਆ ਕੁਛ ਵੀ। ਹਾਂਜੀ ਸਾਡੇ ਜਲੰਧਰ ਛਾਉਣੀ ਆ ਬੰਦੇ ਨੇ ਕਿ ਕਾਰਪੋਰੇਸ਼ਨ ਦੇ ਵਿੱਚ ਆ। ਅੱਛਾ ਜੀ, ਹੁਣ ਮੈਂ ਹਾਲੇ ਵੀ ਬਹੁਤ ਨੀਵੀਂ ਆ, ਹੁਣ ਬੜਿਆਂ ਨੂੰ ਤਾਂ ਹੋ ਗਿਆ 30-40 ਸਾਲ ਉਹ ਖੇਤਾਂ ਮਿਲ ਸਕੇ, ਜੇ ਉਹ ਮਨ ਤਾਂ ਜਾਣ ਕੇ ਮੈਂ ਉਹਨਾਂ ਨੂੰ ਕਹਿਣਾ ਉੱਚਾ ਕਰਨਾ ਵੀ ਰੈਂਟ ਦਾ ਉਹ ਕਰ ਲੈਣਗੇ ਮੇਰੇ ਨਾਲ। ਹੁਣ ਬਿਜਲੀ ਦਾ ਬਿੱਲ ਵੀ ਮੇਰੇ ਨਾਲ ਆ, ਤਾਂ ਉਹ ਰੈਂਟ ਮੈਂ ਹੁਣ ਉਹਨਾਂ ਨਾਲ ਕੰਡਕਟ ਲਾਜ਼ਮੀ ਆ, ਕੰਡਕਟ ਕਰਕੇ ਆਵਾਂ ਉਹਨਾਂ ਨਾਲ ਜੀ। ਹਾਂਜੀ ਜੇ ਰੈਂਟ ਤੁਸੀਂ ਕਰ ਲਓਗੇ ਤਾਂ ਬਹੁਤ ਚੰਗੀ ਗੱਲ ਆ। ਵੈਸੇ ਜਿੱਦਾਂ ਮੈਂ ਕਹਿ ਕੇ ਹਟਿਆ ਕਿ ਭਾਵੇਂ, ਹਾਂਜੀ ਅੱਜ ਮੈਂ ਉਹ ਹੀ ਸੁਣਦਾ ਤੁਹਾਡੇ, ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਇੰਨੀ ਸੋਹਣੀਆਂ ਗੱਲਾਂ ਦੱਸਦੇ ਆ, ਮੈਂ ਕਿਹਾ ਦੁਨੀਆਂ ਦਾ ਭਲਾ ਕਰਦੇ ਆ ਤੁਹਾਡਾ, ਕਿ ਅਸੀਂ ਆਪਣੇ ਸਟੈਂਡਰਡ ਟੀਵੀ ਦਾ ਕਿੱਥੋਂ ਇਹਨਾਂ ਦਾ ਲੇਖਾ ਦੇਈਏ ਜੀ। ਭਾਜੀ ਵੈਲਕਮ ਵੈਲਕਮ, ਐਨੀ ਟਾਈਮ ਜਦੋਂ ਮਰਜ਼ੀ ਕਿਸੇ ਤਰ੍ਹਾਂ ਦਾ ਕੁਐਸਚਨ ਹੈ ਅਸੀਂ ਤੁਹਾਡੇ ਵਾਸਤੇ ਬੈਠੇ, ਜਿੰਨਾ ਅਸੀਂ ਵੱਧ ਤੋਂ ਵੱਧ ਕਰ ਸਕਦੇ ਜ਼ਰੂਰ ਕਰਾਂਗੇ। ਮੈਂ ਜਾਣ ਤੋਂ ਪਹਿਲਾਂ ਤੁਹਾਨੂੰ ਮਿਲ ਕੇ ਜਾਊਂਗਾ, ਮੈਂ ਉਹਨਾਂ ਨਾਲ ਕੰਡਕਟ ਕਰਕੇ ਆਵਾਂ ਜੀ। ਠੀਕ ਹੈ ਜੀ, ਉਹਨਾਂ ਦਾ ਨਾ ਰੈਂਟ ਕਰੋ, ਦੇਖੋ ਆਪਾਂ ਨੂੰ ਕੀ ਕਰਨਾ ਚਾਹੀਦਾ, ਰੈਂਟ ਐਗਰੀਮੈਂਟ ਬਹੁਤ ਜ਼ਰੂਰੀ ਕਰਨਾ ਹੈਗਾ, ਓਕੇ ਜੀ। ਤੇ ਉਹਦੇ ਵਿੱਚ ਜਿਹੜੀ ਮੈਂ ਦੁਬਾਰਾ ਫੇਰ ਕਰਦਾ ਕਿ ਲਾਇਸੈਂਸੀ ਡੀਡ ਹੈਗੀ, ਉਹ ਨਵਾਂ ਇੱਕ ਆਇਆ ਜਿਹੜਾ ਕਾਫੀ ਸਾਲ ਹੋ ਗਿਆ। ਹਾਂਜੀ ਤੁਸੀਂ ਦੱਸਿਆ ਸੀ, ਹਾਂਜੀ ਹਾਂਜੀ, ਬੜੀ ਮਿਹਰਬਾਨੀ, ਚਲੋ ਠੀਕ ਆ ਜੀ, ਤੁਸੀਂ ਹੁਣ ਪਤਾ ਲੱਗ ਗਿਆ ਤੁਹਾਨੂੰ ਸਾਰੀ ਗੱਲ ਸਾਰਾ ਕਰਕੇ, ਟੂਰ ਤੇ ਹੋਰਾਂ ਨੂੰ ਵੀ ਕਰਨਾ ਬਹੁਤ ਇੰਨਾ ਟਾਈਮ ਨਹੀਂ ਇਹਨੇ। ਓਕੇ ਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਹਾਂਜੀ, ਉਹ ਮੈਂ ਮੇਰਾ ਇਹੋ ਹੀ ਸੀ ਵੀ ਉਹ ਜਦੋਂ ਵੀ ਕਈ ਵਾਰ ਜੇ 3-4 ਸਾਲ ਦੇ ਉਹ ਜੇ ਬੰਦਾ ਅੜਦਾ ਤੇ ਉਹ ਆਲਰੇਡੀ ਉਹਦੇ ਸਾਈਨ ਹੋਏ ਆ ਪਹਿਲਾਂ, ਇੱਕ ਵਾਰੀ ਹੋਏ ਆ ਹੋਏ, ਹਾਂਜੀ ਉਹ ਸ਼ੋਅ ਕਰਦਾ ਮਾਲਕ ਆ ਉਹ। ਹਾਂਜੀ ਸੈਕੰਡਲੀ, ਸੈਕੰਡਲੀ ਉਹਨੂੰ 12 ਸਾਲ ਨਹੀਂ ਹੋਏ ਹੈਗੇ, ਹਾਂ 12 ਸਾਲ ਨਹੀਂ ਹੋਏ। ਜਿਹੜਾ ਉਹ ਕਲੇਮ ਬਣਾ ਕਿ 12 ਸਾਲ ਕਿਸੇ ਨੇ ਕੋਈ ਕਲੇਮ ਹੀ ਨਹੀਂ ਕੀਤਾ, ਮੈਂ ਕਹਿਣਾ ਚਾਹੁੰਦਾ ਸੀ ਇੰਨਾ ਈਜ਼ੀ ਨਾ ਸਮਝਿਓ, ਭਾਵੇਂ ਫੇਰ ਵੀ ਤੁਸੀਂ ਨਹੀਂ ਕੰਟੈਕਟ ਆ ਕੁਛ ਵੀ ਆ, ਕਿ ਉਹ ਸਵੇਰੇ ਕੇਸ ਪਾਊਗਾ ਤਾਂ ਪਰਸਨ ਉਹਦੇ ਨਾਂ ਤੇ ਜ਼ਮੀਨ ਹੋ ਜਾਣੀ। ਬਿਲਕੁਲ ਇਹ ਗੱਲ ਸੁਰਿੰਦਰ ਜੀ ਰਾਈਟ ਆ, ਪਰ ਕਈ ਸਾਡੇ ਜਿਹੜੇ ਇੱਥੇ NRI ਪੁਰਾਣੇ ਲੋਕ ਆਏ ਸੀ, ਹਾਂਜੀ
ਉਹਨਾਂ ਦੇ ਬੱਚੇ ਜਾ ਕੇ ਹੀ ਨਹੀਂ ਖੁਸ਼, ਬੱਚੇ ਗਏ ਹੀ ਨਹੀਂ, ਜਿੱਦਾਂ ਦੇਖਿਆ ਹੀ ਨਹੀਂ, ਉਹਨਾਂ ਦਾ ਕੰਟੈਕਟ ਹੀ ਨਹੀਂ ਕੋਈ, ਉਹਨਾਂ ਲਈ ਇਹੋ ਜਿਹਾਂ ਬੰਦਿਆਂ ਲਈ ਖਤਰਾ ਹੈਗਾ। ਪਰ ਖਤਰਾ ਕਿਹਨੇ ਪਿਆਰਾ ਕੀਤਾ? ਅਸੀਂ ਕੀਤਾ ਨਾ। ਹਾਂਜੀ, ਅਸੀਂ ਕਦੇ ਜਾ ਕੇ ਬੱਚਿਆਂ ਨੂੰ ਦਿਖਾਇਆ ਸਾਡੇ ਕੋਲ ਆਇਆ ਹੀ ਨਹੀਂ। ਬਿਲਕੁਲ, ਮੈਂ ਗਾਰੰਟੀ ਕਰਦਾ 80% ਲੋਕਾਂ ਨੂੰ ਅੱਜ ਪੁੱਛ ਲਓ ਕਿ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਕਿ ਬੱਚਿਆਂ ਦੇ ਕੋਲ ਨਹੀਂ ਪਤਾ ਕਿ ਸਾਡੇ ਉੱਥੇ ਪਿੱਛੇ ਕੀ ਹੈਗਾ, ਕਿੱਡਾ ਕੁ ਵੱਡਾ ਕੰਮ ਹੈ ਕਿ ਉੱਥੋਂ ਤੁਸੀਂ ਫਰਦਾਂ ਜਾਂ ਓਨਰਸ਼ਿਪ ਡਾਕੂਮੈਂਟ ਲਿਆ ਕੇ ਜਾਂ ਨਕਸ਼ੇ ਲਿਆ ਕੇ ਬੱਚਿਆਂ ਨੂੰ ਦੇ ਦਿੰਦੇ। ਨਹੀਂ ਜੀ, 50% ਤੁਹਾਨੂੰ ਬੱਚੇ ਇਦਾਂ ਦੇ ਮਿਲਣਗੇ ਸਾਡੇ ਪਿੰਡ ਦੇ ਨਾਂ ਦਾ ਨਹੀਂ ਪਤਾ, ਪਿੰਡ ਦੇ ਨਾਂ ਦਾ ਨਹੀਂ ਪਤਾ। ਹਾਂ, ਤੇ ਜੇ ਅਸੀਂ ਜਾਇਦਾਦਾਂ ਰੱਖੀਆਂ ਅਸੀਂ ਜੋੜ ਨੂੰ ਬੱਚਿਆਂ ਨੂੰ ਤਾਂ ਸੋਚ ਰਹੇ ਸਾਨੂੰ ਕੁਛ ਤਾਂ ਇਹਦੇ ਬਾਰੇ ਮਾੜਾ ਮੋਟਾ ਕਰਨਾ ਚਾਹੀਦਾ। ਇਹ ਲਹੂ ਪਸੀਨੇ ਨਾਲ ਬਣਾਈਆਂ ਇਹ ਜਾਇਦਾਦਾਂ, ਇੰਨੀਆਂ ਜਿਹੜੀਆਂ ਜਾਇਦਾਦਾਂ ਸੀ, ਦੇਖੋ ਘਰ ਦੀ ਜਾਇਦਾਦ ਵੀ ਜੇ ਤੁਹਾਡੀ ਵਡੇਰਿਆਂ ਦੀ ਵੀ ਹੈਗੀ ਆ, ਉਹ ਵੀ ਜਾਇਦਾਦ ਉੱਦਾਂ ਛੱਡਣੀ ਇੱਕ ਬੋਈ ਦਿਲੀ ਆ। ਹਾਂਜੀ ਹਾਂਜੀ, ਅਸਲ ਇੱਕ ਮਿੰਟ ਗੱਲ ਕਲੀਅਰ ਕਰੀਓ, ਜਿੱਦਾਂ ਇਹਦੇ ਵਿੱਚ ਕੋਈ ਇੱਦਾਂ ਦੇ ਕੋਈ ਕੇਸ ਹੋ ਸਕਦੇ ਆ, ਕੋਈ ਬਾਹਰ ਰਹਿੰਦੇ ਆ, ਉੱਥੇ ਉਹਨਾਂ ਦਾ ਮਕਾਨ ਹੈਗਾ ਛੋਟਾ ਜਿਹਾ ਵੱਡਾ ਕੋਠੀ ਆ ਜਿੱਦਾਂ ਵੀ ਆ, ਉੱਥੇ ਉਹਨਾਂ ਨੇ ਕਿਸੇ ਰਿਸ਼ਤੇਦਾਰ ਨੂੰ ਜਾਂ ਉਹਦਾ ਆਂਢੀ ਗੁਆਂਢੀ ਨੂੰ ਕਹਿਤਾ ਮਾੜੀ ਜਿਹੀ ਨਿਗਾਹ ਰੱਖਿਆ ਕਰ, ਮਾੜੀ ਮੋਟੀ ਸਫਾਈ ਕਰਤੀ, ਠੀਕ ਹੈ ਜੀ, ਤੇ ਮਤਲਬ ਮਾੜੇ ਸਾਂਭ ਸੰਭਾਲਦਾ, ਕਦੇ ਪੇਂਟ ਕਰਾਤਾ, ਉਹਦੇ ਵਿੱਚ ਉਹਨਾਂ ਨੇ ਮਤਲਬ ਚਾਹੇ ਉਹਨੂੰ ਘਰ ਦੀ ਚਾਬੀ ਦਿੱਤੀ ਹੈ ਜਾਂ ਉਹ 'ਚ ਇੱਕ ਇੱਕ ਕਮਰਾ ਪਾ ਕੇ ਦਿੱਤਾ ਉਹਨੂੰ। ਜੇ ਇੱਧਰ ਕੇਸ ਵਿੱਚ ਜੇ ਉਹ ਬੰਦਾ ਜੇ ਉੱਥੇ 12 ਸਾਲ ਰਹਿ ਜਾਂਦਾ ਆ, ਬਾਹਰਲੇ ਨਹੀਂ ਗਏ ਉੱਥੇ ਮੁੜ ਕੇ, ਤੇ ਉਹਦੇ ਵਿੱਚ ਕੀ ਬਣੂ? ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਹਾਂਜੀ, ਮੈਂ ਕਮੈਲ ਸਿੰਘ ਬੋਲਦਾ ਬਾਰਕਿੰਗ ਤੋਂ। ਹਾਂਜੀ ਹਾਂਜੀ, ਆ ਜਿਹੜੀ NOC ਬਾਰੇ ਰੌਲਾ ਪੈਂਦਾ ਸੀ ਉਹਦੇ ਬਾਰੇ ਕੋਈ ਫੈਸਲਾ ਹੋਇਆ ਕਿ ਨਹੀਂ ਹੋਇਆ ਜੀ? ਕਾਹਦੇ ਬਾਰੇ ਕਹਿੰਦੇ ਜੀ? ਕੋਸ਼ਿਸ਼ ਕਰੀ ਦੀ ਆ ਵੀ ਇਮੀਡੀਏਟਲੀ ਅਸੀਂ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਲੈ ਕੇ ਆਵਾਂਗੇ ਜੀ। ਓਕੇ, ਜਿਹੜਾ ਤੁਹਾਡਾ ਕੁਐਸਚਨ, ਗੱਲ ਉੱਥੇ ਆ ਜਾਂਦੀ ਆ। ਪਹਿਲੀ ਗੱਲ ਤਾਂ ਉਹ ਪ੍ਰੂਫ ਕਰੇ ਕਿ 12, ਪਹਿਲੀ ਗੱਲ ਤਾਂ ਦੇਖੋ ਉਹਦੇ ਨਾਂ ਤੇ ਬਿੱਲ ਸਾਰੇ ਹੋਣੇ ਚਾਹੀਦੇ ਜੀ, ਇਲੈਕਟ੍ਰਿਕ ਦਾ, ਵੋਟਰ ਦਾ, ਟੈਕਸ ਦਾ, ਹੈਨਾ, ਜੇ ਸ਼ਹਿਰ ਦੇ ਵਿੱਚ ਆ ਕੋਪਰੇਸ਼ਨ ਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਆ, TS 1 ਫਾਰਮ ਵੀ ਉਹਦੇ ਨਾਂ 'ਤੇ ਹੋਣਾ ਚਾਹੀਦਾ ਆ, ਹੈਨਾ, ਸੋਰੀ TS 1 ਫਾਰਮ ਨਹੀਂ ਹੋਏਗਾ, ਬਾਕੀ ਸਾਰੇ ਹੋਣਗੇ ਜੀ। ਓਕੇ, TS 1 ਫਾਰਮ 'ਤੇ ਸ਼ੋਅ ਕਰੇਗਾ ਮਾਲਕ ਹੋ ਰਿਹਾ ਜੀ। ਓਕੇ, ਫਿਰ ਉਹ ਜਿਹੜਾ ਉਹਨੂੰ ਕਲੇਮ ਕਰੇਗਾ ਜੀ ਕਿ ਮੈਂ 1 ਸਾਲ ਤੋਂ ਰਹਿ ਰਿਹਾ ਕਿ ਮੈਂ ਵੀ ਮੈਨੂੰ ਇਹਦੀ ਐਡਵਰਸ ਪੋਜੀਸ਼ਨ ਦੇ ਹਿਸਾਬ ਨਾਲ ਮੇਰੇ ਕੋਲ ਟ੍ਰਾਂਸਫਰ ਕੀਤੀ ਜਾਵੇ, ਉਹ ਫਿਰ ਗੌਰਮੈਂਟ ਕੀ ਕਰੂਗੀ ਕਿ ਉਹ ਜਦੋਂ ਕੇਸ ਪਾਊਗਾ, ਕੇਸ ਤੋਂ ਬਾਅਦ ਨੋਟੀਫਿਕੇਸ਼ਨ ਜਾਣਗੇ ਸਾਰਿਆਂ ਨੂੰ ਜਿਹੜੇ ਮਾਲਕ ਹੈਗੇ, ਠੀਕ ਠੀਕ ਹੈ, ਉਹ ਚਾਹੇ ਕਿ ਕਿਉਂਕਿ ਉਹਨਾਂ ਕੋਲ ਹੋਰ ਤਰੀਕਾ ਹੀ ਹੈ ਨਹੀਂ ਕਿ ਉਹ ਪਤਾ ਨਹੀਂ ਉਹ ਕਿੱਥੇ ਰਹਿ ਰਹੇ ਨੇ ਜੀ। ਓਕੇ, ਜੇ ਤਾਂ ਲਾਗੇ ਰਹਿੰਦੇ ਉਹਨਾਂ ਤੋਂ ਜਾ ਕੇ ਕਰ ਹੀ ਦੇਣਾ ਹੈਗਾ, ਜਿਹੜੇ ਨਹੀਂ ਪਤਾ ਹੈਗਾ ਉਹ ਫਿਰ ਤੁਹਾਡੇ ਪੇਪਰ ਦੇ ਵਿੱਚ ਨਿਊਜ਼ ਪੇਪਰ 'ਚ ਤੁਹਾਨੂੰ ਭੇਜਣਗੇ, ਜੇ ਨਾ ਵਾਲੀ ਵਾਰਸ ਹੋਵੇ ਉਹ ਕਿੰਨੇ ਸਾਲ ਲਾ ਕੇ ਫਿਰ ਉਹਦੇ ਚਾਂਸ ਹੈਗੇ ਜੀ। ਉਹ ਜਿਹੜੇ ਉਹਦਾ ਮਤਲਬ ਕੋਈ ਵਾਰਸ ਹੀ ਹੈ ਨਹੀਂ ਜੀ, ਹੈ ਨਾ, ਜਿਹੜੇ ਸਾਡੇ ਕੇਸ ਇੱਦਾਂ ਦੇ ਬਹੁਤ ਘੱਟ ਹੈਗੇ ਆ, ਅਤੇ ਪਰ ਹਾਂ ਜਦ ਇਹ ਕਹਿੰਦੇ ਕਿ ਹਾਂ ਕਈਆਂ ਨੂੰ ਮਾਂ ਪੇਰੈਂਟਸ ਨਹੀਂ ਹੈਗੇ ਅਤੇ ਬੱਚਿਆਂ ਨੂੰ ਪਤਾ ਨਹੀਂ ਗਾ, ਉਹ ਚਾਂਸ ਹੋ ਸਕਦੇ ਆ, ਉਹਦੇ 'ਚ ਹੋ ਸਕਦੇ, ਉਹਨਾਂ ਦੇ ਚਾਂਸ ਹੋ ਸਕਦੇ। ਇਹ ਆਪਾਂ ਨੇ ਜ਼ਰੂਰ ਕਰ ਲੈਣਾ ਚਾਹੀਦਾ ਸਾਰਿਆਂ ਨੂੰ ਕਿ ਜਿੰਨੀ ਛੇਤੀ ਇਮੀਜੀਏਟਲੀ ਹੋ ਸਕਦਾ ਹੈ ਆਪਾਂ ਨੂੰ ਸਾਰਿਆਂ ਨੂੰ ਐਗਰੀਮੈਂਟ ਸਾਈਨ ਕਰਾਓ, ਜਿਹੜੇ ਬਿੱਲ ਆ ਆਪਣੇ ਨਾਂ ਕਰਾਓ, ਅਤੇ ਜੇ ਉਹ ਸਾਈਨ ਨਹੀਂ ਕਰਦੇ ਤਾਂ ਤੁਸੀਂ ਉਹਨੂੰ ਆਪਣਾ ਨੋਟਿਸ ਭੇਜ ਦਿਓ। ਬਿਲਕੁਲ, ਕਿਉਂਕਿ ਤੁਹਾਡਾ ਸ਼ੁਰੂ ਕੰਮ ਹੋ ਗਿਆ ਆ, ਉਹਦਾ ਜਿਹੜਾ ਫਿਰ ਉਹ ਕਾਬਜ਼ਾ ਕਰਨਾ ਜਾਂ ਉਹ ਪ੍ਰੋਟੈਕਟ ਹੋ ਗਿਆ। ਹਾਂਜੀ, ਇਹ ਚੀਜ਼ ਜਿਹੜੀ ਅਪਲਾਈ ਆ ਸੇਮ ਹੀ ਆਪਣੇ ਕੋਠੀਆਂ 'ਤੇ ਵੀ ਹੋਣੀ ਹੈ ਜੀ। ਬਿਲਕੁਲ, ਹੈ ਨਾ, ਅਤੇ ਉੱਥੇ ਵੀ ਤੁਸੀਂ ਇਹ ਕਰੋ ਅਤੇ ਕਰਨ ਤੋਂ ਬਾਅਦ ਤੁਸੀਂ ਕਰ ਲਓ, ਪਰ ਉਹਦੇ ਵਿੱਚੋਂ ਜੇ ਇੱਕ ਚੀਜ਼ ਵੀ ਮਾਲਕ ਦੇ ਨਾਂ 'ਤੇ ਹੈਗੀ ਆ ਤਾਂ ਉਹਦਾ ਕੇਸ ਨਹੀਂ ਬਣਦਾ, ਫਿਰ ਬਣਦਾ ਹੈ। ਤੀਜੇ ਨੰਬਰ 'ਤੇ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਨੀ ਚਾਹੁੰਦਾ ਸੀ, ਖਾਸ ਕਰਕੇ ਸ਼ਹਿਰਾਂ ਦੇ ਵਿੱਚ ਕਰੋੜਾਂ ਰੁਪਈਏ ਦੇ ਪਲਾਟ ਪਏ ਹੋਏ ਆ, ਬਿਲਕੁਲ ਕਮਰਸ਼ੀਅਲ, ਕਿ ਉੱਥੇ ਵੈਲਿਊ ਬਹੁਤ ਹੈਗੀ ਵੈਲਿਊ, ਅਤੇ ਅਸੀਂ ਕੀ ਕੀਤਾ ਉਹਨੂੰ ਉਦਾਂ ਓਪਨ ਛੱਡਿਆ ਹੋਇਆ, ਅਤੇ ਮੈਂ ਇਹ ਕਹਿੰਦਾ ਕਿ ਜੇ ਇੰਨੇ ਮਹਿੰਗੇ ਪਲਾਟ ਆ ਥੋੜ੍ਹੇ ਜਿਹੇ ਪੈਸੇ ਲੱਗਣੇ, ਉਹਦੇ 4 ਦਵਾਈ ਕਰੋ, ਬਿਲਕੁਲ ਗੇਟ ਲਾਵੋ, ਪਾਣੀ ਦਾ ਮੀਟਰ ਆਪਦੇ ਨਾਂ 'ਤੇ ਕਰਾਓ, ਇਲੈਕਟਰ ਦਾ ਕਰਾਓ, ਕਿ ਘੱਟੋ ਘੱਟ ਉਹਦੀ ਪ੍ਰੋਟੈਕਸ਼ਨ ਹੋਵੇ, ਵੇਚਣਾ ਨਹੀਂ ਵੇਚਣਾ ਉਹ ਬਾਅਦ ਦੀਆਂ ਗੱਲਾਂ ਹੈਗੀਆਂ। ਹਾਂਜੀ, ਸੋ ਇਹ ਚੀਜ਼ਾਂ ਜੇ ਦੇਖੋ ਅੱਜ ਆਪਾਂ ਨੂੰ ਇੰਨਾ ਕੁ ਉਹਨਾਂ ਨੇ ਥੋੜ੍ਹਾ ਜਿਹਾ ਹਿਲਾਇਆ ਹੋਇਆ ਆ, ਪਰ ਜੇ ਅਸੀਂ ਪ੍ਰੋਪਰਟੀਆਂ ਆਪਦੀਆਂ ਨਹੀਂ ਸਾਂਭਣੀਆਂ, ਬਿਲਕੁਲ, ਹੈ ਨਾ ਅਸੀਂ ਉਹਨਾਂ ਕੋਲ ਸਾਈਨ ਕਰਾਉਣੀ, ਨਾ ਅਸੀਂ ਬਿਲਿੰਗ ਕਰਾਉਣੀ ਆ, ਅਤੇ ਫਿਰ ਉਹਦਾ ਰਿਜ਼ਲਟ ਜਿਹੜਾ ਆਉਣ ਵਾਲੇ ਟਾਈਮਾਂ 'ਚ ਇਹ ਤੋਂ ਵੀ ਮਾੜਾ ਹੋ ਸਕਦਾ, ਮਾੜਾ ਹੋ ਸਕਦਾ। ਬਿਲਕੁਲ, ਇੱਕ ਕਾਲ ਲੈ ਲਈਏ। ਹੈਲੋ, ਜਿੰਨੇ ਕਾਲ ਡਰੋਪ ਹੋ ਗਈ ਜੀ। ਅੱਛਾ, ਮਤਲਬ ਦੇਖੋ ਜੀ, ਜਿਹੜਾ ਆਪਾਂ ਦਰਸ਼ਕਾਂ ਨੂੰ ਤਾਂ ਇਹ ਦੱਸਣ ਵਾਲੀ ਗੱਲ ਕਿ ਅਫਵਾਹਾਂ ਬਹੁਤ ਫੈਲ ਰਹੀਆਂ, ਲੋਕ ਬੜੇ ਪਰੇਸ਼ਾਨ ਹੋਏ,
ਪਹਿਲੀ ਗੱਲ ਤੇ ਗਰਦਾਵਰੀ ਗੌਰਮੈਂਟ ਦਾ ਇਹ ਕਾਨੂੰਨ ਹੈਗਾ ਵੀ ਜਿਹਦੇ ਨਾਂ ਤੇ ਜ਼ਮੀਨ ਟ੍ਰਾਂਸਫਰ ਹੋਈ ਉਹਦੇ ਨਾਂ ਤੇ ਗਰਦਾਵਰੀ ਹੋਣੀ। ਪਰ ਮੰਨ ਲਓ ਮੈਂ ਐਗਜ਼ਾਮਪਲ ਦਿੰਦਾ ਵੀ ਜਿੱਦਾਂ ਦੋ ਭਰਾ ਆ, ਹਾਂਜੀ, ਉੱਥੇ ਬਾਪ ਦੇ ਨਾਂ ਤੇ ਜ਼ਮੀਨ ਚੱਲਦੀ ਆ, ਇਹ ਇੱਕ ਕਾਲ ਲੈ ਲਈਏ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਮੈਂ ਜੀ ਪਰਮਜੀਤ ਸਿੰਘ ਬੋਲਦਾ ਜੀ, ਇਟਲੀ ਤੋਂ। ਹਾਂਜੀ ਪਰਮਜੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ? ਮੈਂ ਤੁਹਾਨੂੰ ਪੁੱਛਣਾ ਸੀ ਕਿ ਜਿਹੜਾ ਆਪਣਾ ਪਾਸਪੋਰਟ ਦੇ ਉੱਤੇ ਇੱਕ ਯੂ ਸਟicker ਵੀਜ਼ਾ ਲੱਗਾ ਹੁੰਦਾ, ਇੱਕ ਆਪਣਾ OCI ਕਾਰਡ ਵੱਖਰਾ ਹੁੰਦਾ ਤਿੰਨਾਂ ਦਾ। ਹਾਂਜੀ, ਤੇ ਜਦੋਂ ਆਪਾਂ ਐਕਸਪਾਇਰ ਹੋ ਗਏ ਤੇ ਨਵਾਂ ਲੈ ਲੈਂਦੇ ਆ, ਤੇ ਉਹ ਜਿਹੜਾ ਯੂ ਸਟicker ਵੀਜ਼ਾ ਉਹਨੂੰ ਚੇਂਜ ਕਰਨ ਦੀ ਲੋੜ ਹੈਗੀ ਆ ਕਿ ਜਾਂ ਨਹੀਂ? ਉਹਨੂੰ ਕਰਦੇ ਨਹੀਂ, ਉਹ ਸਟicker ਬੰਦ ਕਰਤਾ ਜੀ ਉਹਨਾਂ ਨੇ। ਅੱਛਾ, ਤੇ ਉਹਦਾ ਕੋਈ ਅਹਿਮੀਅਤ ਨਹੀਂ ਹੈ? ਨਾ ਕੁਛ ਨਹੀਂ, ਸਿਰਫ ਉਹ ਕਾਪੀ ਚੱਲੂਗੀ ਬਸ। ਤੁਸੀਂ ਅਗਰ ਇੰਡੀਆ ਨੂੰ ਜਾਣਾ ਹੈ ਤਾਂ ਤੁਸੀਂ ਆਪਣਾ ਆਪਣਾ ਪਾਸਪੋਰਟ ਅਤੇ ਜਿਹੜਾ ਨਵਾਂ OCI ਕਾਰਡ ਉਹੀ ਲੈ ਕੇ ਜਾਣਾ ਹੈ। ਉਹ 'ਚ ਪਹਿਲਾਂ ਉਹ ਜਿਹੜਾ ਸਟicker ਲੱਗਾ ਹੁੰਦਾ ਸੀਗਾ ਗ੍ਰੀਨ ਜਿਹਾ ਪਾਸਪੋਰਟ 'ਤੇ, ਉਹ ਨਵੇਂ ਪਾਸਪੋਰਟ ਟ੍ਰਾਂਸਫਰ ਕਰ ਦਿੰਦੇ ਸੀ, ਪਰ ਹੁਣ ਨਹੀਂ ਕਰਦੇ, ਹੁਣ ਇਕੱਲਾ OCI ਕਾਰਡ ਹੀ ਨਵਾਂ ਬਣਾ ਕੇ ਦਿੰਦੇ ਆ। ਉਹ ਡਿਪੈਂਡ ਕਰਦਾ ਵੀ ਜੇ ਤਾਂ ਬੱਚੇ ਆ 20 ਸਾਲ ਤੋਂ ਘੱਟ ਉਮਰ ਦੇ, ਅਤੇ ਉਹਨਾਂ ਨੂੰ ਤਾਂ ਮਤਲਬ ਹਰ ਵਾਰੀ ਨਵੇਂ ਪਾਸਪੋਰਟ 'ਤੇ ਟ੍ਰਾਂਸਫਰ ਕਰਾਉਣਾ ਜ਼ਰੂਰੀ ਹੈ, ਕਿਉਂਕਿ ਬੱਚੇ ਆ ਉਹਨਾਂ ਦੀ ਸ਼ਕਲ ਚੇਂਜ ਹੁੰਦੀ ਰਹਿੰਦੀ ਆ। ਅਤੇ 21 ਸਾਲ ਤੋਂ 50 ਸਾਲ ਦੇ ਵਿੱਚ ਠੀਕ ਹੈ, ਨਵਾਂ ਅਤੇ ਪੁਰਾਣਾ ਪਾਸਪੋਰਟ ਦੋਨੋਂ ਇਕੱਠੇ ਰੱਖ ਲਓ ਤੁਸੀਂ। ਠੀਕ ਹੈ ਜੀ, ਠੀਕ ਹੈ ਜੀ, ਠੀਕ, ਓਕੇ ਜੀ, ਓਕੇ ਜੀ। ਅੱਛਾ ਜੀ, ਆਪਾਂ ਗੱਲ ਕਰ ਰਹੇ ਸੀ ਜਿਹੜੀ 12 ਸਾਲ ਦੀ ਗੱਲ ਕਰਦੇ, 12 ਸਾਲ ਤੇ ਨਾ ਗਰਦਾਵਰੀਆਂ ਦੀ। ਹਾਂਜੀ ਹਾਂਜੀ, ਬਈ ਬਾਪ ਮਤਲਬ ਬਾਪ ਦੇ ਨਾਂ ਤੇ ਜ਼ਮੀਨ ਆ, ਹਾਂਜੀ, ਤੇ ਉਹ ਮਤਲਬ ਇੱਕ ਭਰਾ ਇੱਥੇ ਆ ਗਿਆ, ਇੱਕ ਉੱਥੇ ਆ, ਠੀਕ ਹੈ। ਇਦਾਂ ਦੇ ਕੇਸ ਹੈਗੇ ਆ ਕਈ, ਜਿਹੜੇ ਵੈਸੇ ਜਦੋਂ ਟ੍ਰਾਂਸਫਰ ਹੁੰਦੀ ਉਹ, ਪਰ ਇੱਕ ਭਰਾ ਉੱਥੇ ਆ, ਬਾਪ ਚੜ੍ਹਾਈ ਕਰ ਗਿਆ, ਦੋਵਾਂ ਦੇ ਨਾਂ ਤੇ ਜ਼ਮੀਨ ਚੜ੍ਹ ਗਈ। ਪਰ ਉਹੀ ਉਹ ਤਾਂ ਖੁਦ ਖਾਸ਼ਕ ਰਹਿਣਾ ਨਾ, ਨਹੀਂ ਉਹ ਉਹਦੇ 'ਚ ਕਈ ਵਾਰ ਉੱਥੇ ਵਾਲੇ ਭਰਾ ਨੇ ਕਹਿ ਕੇ ਕਰਾ ਲਈਆਂ। ਹਾਂ, ਉਹ ਚੀਜ਼ਾਂ ਦੇਖਣ ਵਾਲੀਆਂ, ਜਿਹੜੇ ਸਾਡੇ NRI ਭੈਣ ਭਰਾਵਾਂ ਨਾਲ ਇੱਦਾਂ ਦੇ ਵੀ ਦਗੇ ਹੋਏ ਆ, ਘਰ 'ਚ ਦਗਾ ਘਰ 'ਚ ਹੀ ਹੁੰਦਾ, ਬਾਹਰ ਨਹੀਂ ਹੁੰਦਾ ਜੀ। ਜਿਹੜੀ ਤੁਹਾਨੂੰ ਮਿਲਦੀ ਆ, ਜਿਹੜੇ NRI ਭੈਣ ਭਰਾਵਾਂ ਨਾਲ ਅੱਜ ਦੇ ਸਮੇਂ ਤੇ ਜਿਹੜੀ ਹੋ ਰਹੀ ਆ, ਕਿਉਂਕਿ NRI ਭੈਣ ਭਰਾਵਾਂ ਨੇ ਆਪਣੇ ਉੱਥੇ ਪੰਜਾਬ ਨੂੰ, ਭਰਾਵਾਂ ਨੂੰ, ਫੈਮਿਲੀ ਨੂੰ ਬੜਾ ਚੱਕਿਆ, ਉਹਦਾ ਹੁਣ ਵਜਾਨਾ ਇਹੀ ਮਿਲ ਰਿਹਾ ਉਹਨਾਂ ਨੂੰ, ਆਹੀ ਇਨਾਮ ਮਿਲਦੇ ਜੀ। ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਦਰਸ਼ਕਾਂ ਨੂੰ ਵੀ, ਪਹਿਲੋਂ ਤੇ ਗਰਦਾਵਰੀ ਆਪਣੀ ਚੈੱਕ ਕਰੋ, ਫਾੜ ਲੈਣ ਸੌਖਾ ਤਰੀਕਾ, ਉਹ ਸੰਦੇਸ਼ ਤੁਸੀਂ ਦੱਸ ਦਿਓ ਕਿੱਦਾਂ ਵੀ ਉਹ ਜਿਹੜਾ ਕਾਸ਼ਤ ਵਾਲਾ ਲਿਖਿਆ ਹੁੰਦਾ ਕੀ ਉਹਦੇ 'ਚ, ਜਿਹੜਾ ਨੰਬਰ 4 ਆ ਉੱਪਰ ਨੰਬਰ ਪਾਇਆ, 1 ਤੋਂ ਲੱਗਦਾ 2, 3, 4, 4 ਨੰਬਰ 'ਚ ਆਉਂਦਾ ਖੁਦ ਕਾਸ਼ਤ, ਕਾਸ਼ਤ ਉੱਤੇ ਵੀ ਕੌਣ ਕਰਦਾ, ਉਹਦੇ ਕੌਣ ਕਰਦਾ ਜੀ, ਉਹ ਤੁਹਾਡਾ ਨਾਂ ਲਿਖਿਆ, ਬੜਾ ਫਿਕਰ ਨਾ ਕਰੋ, ਤੇ ਜੇ ਕਿਸੇ ਨੇ ਲੱਗਾ ਇਮੀਡੀਏਟਲੀ ਅਪਲਾਈ ਕਰਕੇ ਉਹਨੂੰ ਚੇਂਜ ਕਰਵਾ ਲਓ। ਹਾਂਜੀ ਹਾਂਜੀ, ਇਹ ਦੋ ਚੀਜ਼ਾਂ ਹੈ ਜੀ, ਆਪਣੇ ਨਾਂ ਤੇ ਕਰਵਾ ਲਓ, ਆਪਣੇ ਨਾਂ ਤੇ ਕਰਵਾ ਲਓ। ਹਾਂਜੀ, ਉਹ ਉਹਦੇ 'ਚ ਫਰਦ ਵਿੱਚ ਇਹੀ ਹੋਣਾ ਜਿਹਦੇ ਨਾਂ ਦੀ ਫਰਦ ਆ, ਪਹਿਲੇ ਚ ਹੀ ਆ ਗਿਆ ਨਾ ਜੀ ਨਾਂ ਉਹਦਾ, ਪਹਿਲੇ ਨਾਂ ਆ ਗਿਆ, ਤੇ ਉੱਥੇ ਕਾਸ਼ਤ ਵਿੱਚ ਜੇ ਖੁਦ ਕਾਸ਼ਤ ਆ ਤਾਂ ਫਿਰ ਉਹਦਾ ਸਮਝ ਲਓ ਤੁਹਾਡਾ ਹੀ ਨਾਂ ਆ, ਤਾਂ ਉੱਥੇ ਨਾਂ ਕਿਤੇ ਦੇਖੀ ਜਾਣ ਵੀ ਉੱਥੇ ਨਾਂ, ਤੀਜੇ ਨੰਬਰ ਤੇ ਤੁਹਾਡਾ ਆ, ਚੌਥੇ ਦੇ ਵਿੱਚ ਕਿਹਦਾ ਆ, ਹਾਂ ਖੁਦ ਕਾਸ਼ਤ, ਜੇ ਉੱਥੇ ਕਿਸੇ ਦਾ ਹੋਰ ਨਾਂ ਆ ਉਹ ਤੁਹਾਨੂੰ ਚੇਂਜ ਕਰੋ, ਤੁਹਾਨੂੰ ਉਹ ਪਤਾ ਲੱਗ ਗਿਆ ਵੀ ਤੁਹਾਡੇ ਨਾਲ ਗਰਦਾਵਰੀ ਨਹੀਂ ਹੋ ਰਹੀ, ਨਹੀਂ ਉਹਦੇ ਤੋਂ ਸੁਚੇਤ ਰਹੋ। ਤੇ ਦੂਸਰਾ, ਜਿਸ ਤਰ੍ਹਾਂ ਸੁਰਿੰਦਰ ਸੋਹਣਾ ਨੇ ਦੱਸਿਆ ਵੀ ਪ੍ਰੋਪਰਟੀ ਕੋਈ ਕੋਠੀ ਆ, ਪਲਾਟ ਆ, ਉਹ ਐਡਾ ਈਜੀ ਨਹੀਂ, ਜੇ ਮੀਟਰ ਜਾਂ ਜੋ ਵੀ ਉੱਥੇ ਇਲੈਕਟ੍ਰਿਸਿਟੀ ਦਾ ਮੀਟਰ ਲੱਗਾ ਜਾਂ ਪਾਣੀ ਦਾ ਮੀਟਰ ਲੱਗਾ, ਉਹ ਤੁਹਾਡੇ ਨਾਂ 'ਤੇ ਆ, ਲੇਕਿਨ ਜੇ ਤੁਸੀਂ 12 ਸਾਲ ਤੁਹਾਨੂੰ ਪਤਾ ਹੀ ਨਹੀਂ ਪ੍ਰੋਪਰਟੀ ਦਾ, ਨਾ ਤੁਸੀਂ ਮੀਟਰ ਦੇਖਦੇ ਆ, ਨਾ ਤੁਸੀਂ ਕੋਈ ਬਿੱਲ ਕਰਦੇ, ਨਾ ਕੋਈ ਐਗਰੀਮੈਂਟ ਕਰਦੇ, ਉਹ ਪ੍ਰੋਪਰਟੀ ਦੇ ਮਾਲਕ ਤੁਸੀਂ ਹੈ ਹੀ ਨਹੀਂ, ਤੁਸੀਂ ਆਪ ਹੀ ਨਹੀਂ ਖਾਲੇ, ਫਿਰ ਤੁਸੀਂ ਖਿਆਲ ਹੀ ਨਹੀਂ ਕੀਤਾ, ਅਤੇ ਉੱਦਾਂ ਦੀ ਪ੍ਰੋਪਰਟੀ ਜਾਣੀ ਆ। ਦੇਖੋ, ਸੋਚਣ ਵਾਲੀ ਦੇਖਣ 'ਚ ਇਹ ਆਉਂਦਾ ਵੀ ਹਜ਼ਾਰਾਂ ਕਰੋੜਾਂ ਰੁਪਈਆਂ ਦੀਆਂ ਪ੍ਰੋਪਰਟੀਆਂ, ਬਿਲਕੁਲ, ਅਸੀਂ ਉਹਨੂੰ ਸਾਂਭਦੇ ਨੇ, ਬਿਲਕੁਲ, ਇਹ ਤਾਂ ਸਿੱਧਾ ਹੀ ਤਰੀਕਾ, ਜੇ ਸਾਂਭਣੀ ਨਹੀਂ ਤਾਂ ਉਹ ਰਿਜ਼ਲਟ ਵਾਲੇ ਵਧੀਆ ਨਹੀਂ ਆਉਣੇ ਹੈਗੇ, ਇਸ ਕਰਕੇ ਇਹਨਾਂ ਨੂੰ ਸਾਨੂੰ ਸਾਂਭਣ ਦੀ ਜ਼ਰੂਰਤ ਹੈਗੀ ਆ। ਪਰ ਅਸੀਂ ਕੰਮ ਨਹੀਂ ਕਰ ਰਹੇ, ਅਸੀਂ ਹਰ ਵਾਰੀ ਉਹਨੂੰ ਲੇਟ ਕਰੀ ਜਾਂਦੇ, ਲੇਟ ਕਰੀ ਜਾਂਦੇ। ਹਾਂਜੀ, ਇੱਕ ਕਾਲ ਲੈ ਲਈਏ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਮੈਂ ਜੀ ਆਪਣੇ ਜਰਮਨ ਤੋਂ ਬੋਲਦਾ, ਪਾਲ। ਹਾਂਜੀ, ਤੇ ਮੈਂ ਇਹਨਾਂ ਨਾਲ ਗੱਲ ਕਰਨੀ, ਮੈਂ ਪੁੱਛਣਾ ਉੱਥੇ ਸਾਡੇ ਇੱਕ ਮਕਾਨ ਆ ਅੰਮ੍ਰਿਤਸਰ, ਤੋਂ ਉਹਦੇ ਬਾਰੇ ਪੁੱਛਣਾ ਜੀ, ਉਹ ਆਪਣੇ ਉਹਦਾ ਕਿਸ ਤਰ੍ਹਾਂ। ਪੁੱਛੋ ਜੀ, ਪੁੱਛੋ ਜੀ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਾਰੇ। ਇਸ ਤਰ੍ਹਾਂ ਜੀ, ਆਪਣੇ ਸਾਡੇ ਉੱਥੇ ਇੱਕ ਮਕਾਨ ਆ ਅੰਮ੍ਰਿਤਸਰ, ਹਾਂਜੀ, ਤੇ ਉਹ ਸਾਡੀ ਮਦਰ ਇੱਥੇ ਰਹਿੰਦੀ ਆ, ਤੇ
ਅਸੀਂ ਉਹ ਉਹਦੇ ਆਪਣਾ ਨਾਂ ਕਰਾਉਣਾ ਚਾਹੁੰਦੇ, ਉਹ ਜਾ ਨਹੀਂ ਸਕਦੀ, ਉਹ ਬਿਮਾਰ ਰਹਿੰਦੀ ਇੱਥੋਂ। ਠੀਕ ਹੈ ਜੀ। ਉਹਨਾਂ ਵਾਸਤੇ ਉਹ ਪਾਵਰ ਅਟਾਰਨੀ ਬਣਾਉਣੀ ਪਊਗੀ। ਹਾਂਜੀ, ਉਹਨਾਂ ਮਦਰ ਕੋਲੋਂ ਪਾਵਰ ਅਟਾਰਨੀ ਬਣਾਉਣੀ ਪਊਗੀ, ਉਹਦੇ ਵਿੱਚ ਲਿਖਿਆ ਜਾਊਗਾ ਕਿ ਇਹ ਕਿਹਦੇ ਨਾਂ 'ਤੇ ਕੀਤੀ ਜਾਵੇ ਜੀ। ਅੱਛਾ ਜੀ, ਅੱਛਾ ਜੀ, ਹਾਂਜੀ। ਉਹ ਤੋਂ ਬਾਅਦ ਉਹ ਆਪਣੇ ਆਪਣੇ ਨਾਂ, ਮੈਂ ਆਪਣੇ ਨਾਲ ਕਰਾ ਸਕਦਾ ਜਾਂ ਜਿਹਦੇ ਮਰਜ਼ੀ, ਪਰ ਇੱਕ ਚੀਜ਼ ਦਾ ਖਿਆਲ ਰੱਖੋ, ਜਿਸ ਬੰਦੇ ਦੇ ਨਾਂ ਤੇ ਪਾਵਰ ਟੋਨੀ ਹੁੰਦੀ ਉਹ ਆਪਣੇ ਨਾਂ ਤੇ ਨਹੀਂ ਕੋਈ ਚੀਜ਼ ਕਰਾ ਸਕਦਾ। ਜਿਸ ਤਰ੍ਹਾਂ ਮੇਰੇ ਨਾਂ ਤੇ ਪਾਵਰ ਟੋਨੀ, ਆਪਣੇ ਨਾਂ ਤੇ ਨਹੀਂ ਕਰਾ ਸਕਦਾ। ਨਹੀਂ ਕਰਾ ਸਕਦਾ ਤੁਸੀਂ, ਉਹਨੂੰ ਕਿਸੇ ਦੇ ਨਾਂ ਤੇ ਕਰ ਸਕਦੇ ਜੀ। ਵੇਚ ਸਕਦਾ? ਹਾਂਜੀ, ਵੇਚ ਸਕਦੇ ਆ, ਆਪਣੇ ਨਾਂ ਤੇ ਨਹੀਂ ਕਰਾ ਸਕਦੇ। ਆਪਣੇ ਨਾਂ ਤੇ ਬੱਚਿਆਂ ਦੇ ਨਾਲ ਕਰਾ ਸਕਦਾ? ਕਰਾ ਸਕਦੇ ਜੀ। ਉਹ ਪਾਵਰ ਟਾਨੀ ਦੇ ਉੱਤੇ ਉਹ ਇੱਥੇ ਜਰਮਨ ਦੇ ਵਿੱਚ, ਇੱਥੇ ਮੈਂ ਗੱਲ ਕੀਤੀ, ਉਹ ਜਰਮਨ 'ਚ ਜਰਮਨ ਜ਼ਬਾਨ 'ਚ ਬਣਾਉਂਦੇ, ਉਹ ਚੱਲ ਜਾਏਗੀ ਇੰਡੀਆ 'ਚ? ਨਹੀਂ, ਉਹ ਚੱਲਣੀ ਨਾ, ਟਰਾਂਸਲੇਟ ਕਰਕੇ ਇੰਗਲਿਸ਼ ਕਰਾਉਣੀ ਪੈਣੀ ਆ, ਪਹਿਲਾਂ ਜਰਮਨ 'ਚ ਕਰਕੇ ਫਿਰ ਤੁਹਾਨੂੰ ਉੱਥੇ ਬ੍ਰਿਟਨ ਨਾਲ ਜਾਣਾ ਪੈਂਦਾ, ਜਿਹਨੂੰ ਕਿ ਇੰਗਲਿਸ਼ ਆਉਂਦੀ ਹੈ, ਉਹ ਦੁਬਾਰਾ ਉਹਨੂੰ ਵੀ ਸਟੰਪ ਕਰ ਦਿੰਦੇ ਆ ਜੀ। ਅੱਛਾ 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 ਜੀ। ਉਹਦੇ 'ਤੇ ਫਿਰ ਕੋਈ ਗੁਆਂਢ ਗੁਆਂ ਦੀ ਲੋੜ ਹੈਗੀ ਹੈ? ਹੈ ਜੀ, ਗਵਾਹ ਦੋ ਜ਼ਰੂਰੀ ਆ, ਗਵਾਹਾਂ ਦੇ ਪੂਰੇ ਡਰੈਸ ਵੀ ਬਹੁਤ ਜ਼ਰੂਰੀ ਉਹਦੇ ਉੱਤੇ ਹੁਣ ਜੀ। ਠੀਕ ਹੈ ਜੀ, ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਹਾਂਜੀ ਹਾਂਜੀ, ਇਹ ਦੇਖੋ ਨਾ, ਜਿਹੜੀ ਪਾਵਰ ਅਟਾਰਨੀ ਦੀ ਆਪਾਂ ਬਹੁਤ ਵਾਰੀ ਪਾਵਰ ਅਟਾਰਨੀ ਦੇ ਦਿੱਤੇ ਬਹੁਤ। ਹਾਂਜੀ ਬਈ, ਇਹ ਤੁਸੀਂ ਜਿੱਦਾਂ ਹੁਣ ਉਹਨਾਂ ਨੂੰ ਦੱਸ ਹੀ ਦਿੱਤਾ ਵੀ ਪਾਵਰ ਅਟਾਰਨੀ ਜਿਹਦੇ ਨਾਂ 'ਤੇ ਹੁੰਦੀ ਆ, ਜਨਰਲ ਪਾਵਰ ਹੈ, ਉਹ ਵੇਚ ਤਾਂ ਸਕਦਾ ਆਪਣੇ ਨਾਂ, ਉਹ ਖੁਦ ਨਹੀਂ ਆਪਣੇ ਨਾਂ 'ਤੇ। ਇਹਦਾ ਖਿਆਲ ਹੁੰਦਾ ਕਿ ਪਾਵਰ ਅਟਾਰਨੀ ਮੇਰੇ ਕੋਲ, ਮੈਂ ਆਪਣੇ ਨਾਂ 'ਤੇ ਕਰ ਲਿਆ, ਮੈਂ ਆਪਣੇ ਨਾਂ 'ਤੇ ਕਰ ਲਿਆ, ਉਹ ਨਹੀਂ ਹੋ ਸਕਦਾ। ਦੇਖੋ, ਸੋਚਣ ਵਾਲੀ ਗੱਲ ਹੈ ਕਿ ਜਿਹੜਾ ਤੁਹਾਨੂੰ ਪਾਵਰ ਅਟਾਰਨੀ ਦੇ ਰਿਹਾ, ਤੁਸੀਂ ਉਹਦੇ ਥਾਂ 'ਤੇ ਖੜੇ ਆ, ਤੁਸੀਂ ਆਪਦੀ ਚੀਜ਼ ਆਪਣੇ ਨਾਂ ਥੋੜ੍ਹੀ ਲਵਾਓਗੇ, ਉਹ ਤਾਂ ਪਹਿਲਾਂ ਹੀ ਆ। ਬਿਲਕੁਲ, ਕਿਸੇ ਵੀ ਨਾਂ 'ਤੇ ਤੁਸੀਂ ਜੋ ਮਰਜ਼ੀ ਕਰ ਸਕਦੇ ਆ। ਉਹ ਜੇ ਇੱਦਾਂ ਦੀ ਵੀ ਕੋਈ ਹਾਲਾਤ ਹੈਗੇ ਆ ਵੀ ਫਰਜ਼ ਕਰ ਲਓ ਉਹ ਮੁੰਡਾ ਹੀ ਆ, ਲੜਕਾ ਹੀ ਆ ਉਹਦਾ ਇੱਥੇ, ਹਾਂਜੀ, ਤੇ ਉਹਦੇ ਨਾਂ 'ਤੇ ਹੀ ਲਵਾਉਣੀ ਆ, ਚਾਹੁੰਦੇ ਆ, ਹੋਰ ਕੋਈ ਹੈ ਨਹੀਂ, ਹਾਂਜੀ, ਤੇ ਫਿਰ ਉਹ ਪਾਵਰ ਅਟਾਰਨੀ ਉੱਥੇ ਇੰਡੀਆ 'ਚ ਕਿਸੇ ਰਿਸ਼ਤੇਦਾਰ ਨੂੰ ਦਵਾ ਦੇਣ। ਸਾਡੇ ਬੰਦੇ ਬਹੁਤ ਬਰਬਾਦ ਹੋਏ ਆ, ਕਿੰਨਾ ਕੁ ਵਿਸ਼ਵਾਸ ਮਿਲਿਆ, ਬਹੁਤ ਬਰਬਾਦ ਹੋਇਆ ਵਿਸ਼ਵਾਸ ਉੱਥੇ ਜਿਹੜਾ ਨਾ ਜੀ। ਇਹ ਨੀ ਵੀ ਲੋਕ ਸਾਰੀ ਦੁਨੀਆ ਮਾੜੀ ਆ, ਸਾਰੇ ਕਦੇ ਵੀ ਨਹੀਂ ਹੁੰਦੀ, ਪਰ ਫੇਰ ਵੀ ਮੈਜੋਰਿਟੀ ਜਿਹੜੀ ਆ ਨਾ ਉਹ ਜ਼ਿਆਦਾ ਇੱਧਰ ਦਾ ਹੀ ਧਿਆਨ ਆ, ਵੀ ਉਹ ਕਹਿੰਦੇ ਵੀ NRI ਭੈਣ ਭਰਾ ਜਿਹੜਾ ਆਇਆ ਇਹਦਾ ਸਰਿੰਜਾਂ ਦਾ ਲਹੂ ਵੀ ਕੱਢ ਲਓ। ਕੱਢਣਾ ਵੱਖਰਾ, ਜਿਹੜੀਆਂ ਪ੍ਰੋਪਰਟੀਆਂ ਉਹਨਾਂ ਦੀ ਨਿਗਾਹ ਉਹਨਾਂ ਦੇ ਉੱਤੇ ਆ ਕੇ, ਆਪਾਂ ਬਹੁਤ ਵਾਰੀ ਗੱਲ ਕੀਤੀ, ਉਹਨਾਂ ਦਾ ਹੁੰਦਾ ਕਿ ਜੀ ਇਹਨਾਂ ਨੇ ਨਿਆਉਣਾ ਨਹੀਂ, ਮੁੜ ਕੇ ਨਿਆਣਿਆਂ ਨੂੰ ਇੱਥੇ ਪਤਾ ਕੁਛ, ਇਹ ਗਲਤੀਆਂ ਸਾਡੀਆਂ ਨਾ ਅਸੀਂ ਨਿਆਣਿਆਂ ਨੂੰ ਦੱਸਦੇ ਹਾਂ, ਨਾ ਅਸੀਂ ਆਪ ਕੁਛ ਕਰਦੇ ਹਾਂ, ਤਾਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਇਹ ਪ੍ਰੋਬਲਮਾਂ ਫੇਸ ਕਰਨ। ਹੁਣ ਦੇਖੋ ਗੱਲ ਕੀ ਆ, ਹੁਣ ਜੇ ਇਹ ਨਿਊਜ਼ ਆਈ ਆ, ਹੁਣ ਇਹ ਬਹੁਤ ਰੌਲਾ ਪੈਣਾ ਹੈ। ਬਿਲਕੁਲ ਜੀ, ਇੱਕ ਕਾਲ ਲੈ ਲਈਏ ਜੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਅਸੀਂ ਸਪੇਨ ਤੋਂ ਬੋਲਦੇ ਹਾਂ ਜੀ। ਹਾਂਜੀ ਹਾਂਜੀ, ਕੀ ਸ਼ੁਭ ਨਾਮ ਜੀ? ਉਹ ਸ਼ੁਭ ਨਾਮ ਮੇਰਾ ਸਤਨਾਮ ਸਿੰਘ ਹੈ ਜੀ। ਅੱਛਾ, ਸਤਨਾਮ ਸਿੰਘ, ਨਾਂ ਹੀ ਬਹੁਤ ਵਧੀਆ ਜੀ। ਉਹ ਮਹਾਰਾਜ, ਅਸੀਂ ਪੁੱਛਣਾ ਸੀ ਵੀ ਉਮਰ ਮੇਰੀ ਹੈਗੀ ਆ 55 ਸਾਲ। ਹਾਂਜੀ, ਮੇਰੇ ਕੋਲ OCI ਕਾਰਡ ਸੀਗਾ, ਕਾਰਡ ਹੁਣ ਪਾਸਪੋਰਟ ਚੇਂਜ ਕੀਤਾ। ਹਾਂਜੀ, ਹੁਣ OCI ਲਿਆ ਕਦੋਂ ਸੀ ਤੁਸੀਂ? ਲੈਣ ਨੂੰ ਤਾਂ ਮੈਨੂੰ ਬਹੁਤ ਚਿਰ ਹੋ ਗਿਆ, 20 ਸਾਲ ਦੇ ਕਰੀਬ ਹੋ ਚਲੇ। 20 ਸਾਲ ਤੋਂ ਉੱਤੇ ਨਹੀਂ ਹੋਏ ਜੀ ਸ਼ੁਰੂ ਹੋਏ ਨੂੰ OCI। ਇਹ ਤੇ 5 ਚ ਸ਼ੁਰੂ ਹੋਇਆ ਜੀ, ਹਜੇ ਤਕਰੀਬਨ 14 ਸਾਲ ਹੋਏ ਆ ਜੀ। ਆਹੋ, 13-14 ਸਾਲ ਹੋ ਗਿਆ ਜੀ, 12 ਸਾਲ ਹੋ ਗਿਆ, 12 ਸਾਲ ਹੋ ਗਿਆ ਜੀ। ਠੀਕ ਆ ਠੀਕ ਆ, ਫਿਰ ਤੁਸੀਂ 50 ਤੋਂ ਪਹਿਲਾਂ ਦਾ ਲਿਆ, 50 ਦੀ ਉਮਰ ਤੋਂ? ਹਾਂਜੀ ਹਾਂਜੀ, ਪਹਿਲਾਂ ਦਾ ਲਿਆ। ਭੂਸ਼ਣ ਜੀ ਦੱਸਣਗੇ ਇਹਦੇ ਬਾਰੇ ਜੀ। ਹਾਂਜੀ ਹਾਂਜੀ, ਇਹਦੇ ਬਾਰੇ ਰੂਲ ਇਹ ਆ ਜੀ ਕਿ ਜੇ ਤੁਸੀਂ OCI 50 ਸਾਲ ਤੋਂ ਪਹਿਲਾਂ ਲਿਆ ਸੀ, ਹਾਂਜੀ, ਤੇ ਹੁਣ ਤੁਹਾਡਾ ਪਾਸਪੋਰਟ ਮੁੱਕ ਗਿਆ ਤੇ ਤੁਸੀਂ 50 ਸਾਲ ਤੋਂ ਉੱਪਰ ਹੋ ਗਏ ਆ, ਹਾਂਜੀ, ਜੇ ਨਵਾਂ ਪਾਸਪੋਰਟ ਬਣਾ ਲਿਆ ਤਾਂ ਇੱਕ ਵਾਰੀ OCI ਚੇਂਜ ਕਰਾਉਣਾ ਜ਼ਰੂਰੀ ਹੈ ਤੁਹਾਡੇ ਲਈ। ਅੱਛਾ, ਗੱਲ ਸੁਣੋ। ਹਾਂਜੀ, ਠੀਕ ਹੈ, ਚੇਂਜ ਕਰਾਉਣਾ ਠੀਕ ਹੈ, ਅਸੀਂ ਮੰਨਦੇ ਹਾਂ, ਪਰ ਪ੍ਰੋਬਲਮ ਇਹ ਆ ਕਿ ਮੈਂ ਹੁਣ ਅਸੀਂ ਜੇ ਉਹ ਰਿਨਿਊ ਕਰਾਉਣ ਲੱਗੀਏ ਤਾਂ 6 ਮਹੀਨੇ ਲੱਗਦੇ ਇੱਥੇ ਜੀ। ਹਾਂਜੀ, 6 ਤਾਂ ਲੱਗਣੇ ਨਹੀਂ ਚਾਹੀਦੇ? ਨਹੀਂ, ਉਹ ਟਾਈਮ ਜਿਹਾ ਜਿੰਨਾ ਮਰਜ਼ੀ,
ਨਹੀਂ ਕੋਈ ਟਾਈਮ ਚਾਹੇ ਜਿੰਨਾ ਮਰਜ਼ੀ ਲੱਗ ਜਾਵੇ, ਤੁਸੀਂ ਫਾਰਮ ਭਰ ਕੇ ਜਮ੍ਹਾਂ ਕਰਾ ਦਿਓ, ਰਸੀਦ ਤੁਹਾਡੇ ਕੋਲ ਹੈਗੀ ਆ। ਉਹ ਮਸਲਾ ਇਹ ਚੀਜ਼ ਦਾ ਵੀ ਸਾਨੂੰ ਜੇ ਐਮਰਜੈਂਸੀ ਜਾਣਾ ਪਿਆ ਫਿਰ ਅਸੀਂ ਕੀ ਕਰ ਸਕਦੇ? ਉਹਨਾਂ ਨੇ ਓਸੀਆਈ ਨਹੀਂ ਰੱਖਣਾ, ਉਹ ਤੁਹਾਨੂੰ ਮੋੜ ਦੇਣਾ। ਤੁਸੀਂ ਤਾਂ ਟਰੈਵਲ ਕਰ ਸਕਦੇ ਜਿੰਨਾ ਚਿਰ ਨਵਾਂ ਨਹੀਂ ਬਣਿਆ। ਪਾਸਪੋਰਟ ਤਾਂ ਉਹਨੇ ਉੱਥੇ ਨਾਲ ਮੰਗਦੇ? ਨਹੀਂ ਨਹੀਂ ਨਹੀਂ, ਪਾਸਪੋਰਟ ਦੇਖਣਾ ਹੀ, ਉਹਨਾਂ ਨੇ ਦੇਖ ਕੇ ਮੋੜ ਦੇਣਾ ਉਦੋਂ ਹੀ। ਪਾਸਪੋਰਟ ਵੀ ਤੁਹਾਡੇ ਕੋਲ ਰਹਿਣਾ ਆ, ਓਸੀਆਈ ਕਾਰਡ ਵੀ ਤੁਹਾਡੇ ਕੋਲ ਹੀ ਰਹਿਣਾ ਆ, ਐਪਲੀਕੇਸ਼ਨ ਲੈ ਲੈਣੀ, ਉਹਨਾਂ ਨੇ ਫੀਸ ਲੈ ਲੈਣੀ ਆ, ਰਸੀਦ ਤੁਹਾਨੂੰ ਮਿਲ ਜਾਣੀ ਆ। ਟਰੈਵਲ ਕਰ ਸਕਦੇ? ਹਾਂਜੀ ਹਾਂਜੀ ਬਿਲਕੁਲ, ਜਿੱਦਾਂ ਮਰਜ਼ੀ ਟਰੈਵਲ ਕਰ ਸਕਦੇ ਜਿੰਨਾ ਚਿਰ ਨਵਾਂ ਨਹੀਂ ਰੈਡੀ ਹੁੰਦਾ। ਕਿੱਦਾਂ ਜੀ ਲੱਗੀ ਸਮਝ ਜੀ ਸਤਨਾਮ ਸਿੰਘ ਜੀ? ਓਕੇ ਹਾਂਜੀ, ਦੇਖੋ ਇਹਨਾਂ ਨੂੰ ਸਤਨਾਮ ਸਿੰਘ ਹੋਣੀ ਜੇ ਸੁਣ ਹੀ ਰਹੇ ਹੋਣਗੇ, ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਨਾ ਉਹ ਜਿੱਦਾਂ ਮਰਜ਼ੀ ਇਹ ਜੇ ਚੇਂਜ ਕਰਨਾ ਉੱਥੇ, ਕਿਉਂਕਿ ਬਹੁਤ ਸਾਰੇ ਪੁੱਛਣ ਜੀ ਲੋਕਾਂ ਨੂੰ ਇਹੀ ਆ ਵੀ ਕਹਿੰਦੇ ਉਹ ਪਾਸਪੋਰਟ ਉੱਥੇ ਰੱਖ ਲੈਂਦੇ ਆ ਜਾਂ ਓਸੀਆਈ ਰੱਖ ਲੈਂਦੇ, ਉਹ ਤਾਂ ਦੋਨੋਂ ਚੀਜ਼ਾਂ ਤੁਹਾਨੂੰ ਜੇ ਅਪਲਾਈ ਵੀ ਕਰਨਾ ਤਾਂ ਉਹਨਾਂ ਨੇ ਤੁਹਾਨੂੰ ਵਾਪਸ ਮੋੜ ਦੇਣੇ। ਤੁਸੀਂ ਟਰੈਵਲ ਕਰ ਸਕਦੇ ਹੋ, ਤੁਹਾਨੂੰ ਕੋਈ ਪੁੱਛ ਨਹੀਂ ਸਕਦਾ। ਉੱਥੇ ਜੇ ਏਅਰਪੋਰਟ ਪੁੱਛਦੇ ਆ ਰਸੀਦਾਂ ਦੇ, ਉਹਨਾਂ ਕੋਲ ਆਹ ਦੇਖੋ ਅਪਲਾਈ ਕੀਤਾ। ਫਰਜ਼ ਕਰ ਲਓ ਜੇ ਤੁਸੀਂ ਨਹੀਂ ਵੀ ਕੀਤਾ, ਕਈ ਵਾਰੀ ਕੋਈ ਇਮੀਗ੍ਰੇਸ਼ਨ ਵਾਲਾ ਪੁੱਛ ਸਕਦਾ ਕਾਨੂੰਨ ਦੇ ਹਿਸਾਬ ਨਾਲ, ਪਰ ਉੱਦਾਂ ਉਹ ਕਈ ਵਾਰੀ ਨਹੀਂ ਵੀ ਪੁੱਛਦੇ ਤੁਸੀਂ ਜੇ ਟਰੈਵਲ ਕਰਦੇ ਆ ਨਾ ਜੀ, ਮਤਲਬ ਆਪਣੇ ਵੱਲੋਂ ਸੇਫ ਹੋਣ ਲਈ ਕਾਨੂੰਨ ਦੇ ਹਿਸਾਬ ਨਾਲ ਤੁਹਾਨੂੰ ਕਰਨਾ ਚਾਹੀਦਾ ਹੈ। ਦੱਸਦੇ ਆ ਉਹ ਜਮ੍ਹਾਂ ਕਰਾ ਜਾਓ ਤੁਸੀਂ ਤੇ, ਮਤਲਬ ਕਿਉਂਕਿ 20 ਸਾਲ ਤੋਂ 50 ਸਾਲ ਤੱਕ ਨਹੀਂ ਲੋੜ, 50 ਤੋਂ ਬਾਅਦ ਫੇਰ ਲੋੜ ਹੀ ਨਹੀਂ ਇੱਕ ਵਾਰ ਚੇਂਜ ਕਰਨ ਦੀ। ਹਾਂਜੀ ਹਾਂਜੀ ਹਾਂਜੀ, ਤੇ ਇਹ ਅਸੀਂ ਹਰ ਵਕਤ ਹੀ ਦਰਸ਼ਕਾਂ ਦੇ ਨਾਲ ਇਹ ਗੱਲ ਸਾਂਝੀ ਕਰਦੇ ਆ। ਇੱਕ ਕਾਲ ਲੈ ਲਈਏ ਜੀ ਹੋਰ। ਹੈਲੋ, ਹੈਲੋ, ਹਾਂਜੀ ਵਾਹ ਖਾਲਸਾ ਫਤਿਹ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਮੈਂ ਜੀ ਇਟਲੀ ਤੋਂ ਬੋਲਦਾ ਜੀ, ਮੈਂ ਸੰਗਤ ਟੀਵੀ ਦੇ ਵਕੀਲ ਸਾਹਿਬ ਬੈਠੇ, ਮੈਂ ਇਹਨਾਂ ਨਾਲ ਗੱਲ ਕਰਨੀ। ਹਾਂਜੀ ਕਰੋ ਜੀ, ਇਹਨਾਂ ਨਾਲ ਮੈਂ ਗੱਲ ਕਰਨੀ ਜੀ ਵਕੀਲ ਸਾਹਿਬ ਨਾਲ। ਮੈਂ ਕਿਹਾ ਜੀ ਸੁਣ ਰਹੇ ਕਰੋ ਜੀ ਤੁਸੀਂ ਸਰ ਬਾਜ ਕਰ। ਹੈਲੋ, ਹਾਂਜੀ ਜੀ ਸਰ, ਗੱਲ ਇਹ ਆ ਜੀ ਮੈਂ ਜ਼ਮੀਨ ਵੇਚੀ ਸੀ 2013 ਚ। ਹਾਂਜੀ ਹਾਂਜੀ ਸੁਰਿੰਦਰ ਜੀ, ਤੁਹਾਡੀ ਆ ਸੁਣ ਰਹੇ ਕਰੋ ਜੀ ਗੱਲ। ਹਾਂ ਹਾਂਜੀ, ਤੇ 2013 ਚ ਮੈਂ ਵੇਚੀ ਸੀ, ਤੇ ਉਹਨਾਂ ਨੇ 6 ਮਹੀਨੇ ਦਾ ਮੇਰੇ ਕੋਲ ਟਾਈਮ ਲਿਆ ਸੀ, ਤੇ ਮੁੜ ਕੇ ਉਹਨਾਂ ਨੇ ਮੈਨੂੰ ਪੈਸੇ ਨਹੀਂ ਪੇਮੈਂਟ ਕੀਤੀ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਉਹ ਮੇਰੇ ਤੇ ਉਹਨਾਂ ਨੇ ਕੇਸ ਕਰਤਾ, ਮੈਂ ਹਾਜ਼ਰੀ ਲਵਾਈ ਸੀ ਉਸ ਟਾਈਮ ਜਿਸ ਟਾਈਮ ਮੇਰੀ ਡੇਟ ਸੀ। ਠੀਕ ਹੈ, ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਜਾਣੀ ਕਿ ਮੇਰੇ ਤੇ ਕੇਸ ਕਰਤਾ, ਮੈਨੂੰ ਪਤਾ ਨਹੀਂ ਲੱਗਾ 3 ਸਾਲ। ਓ ਮਾਈ ਗੋਡ। ਹਾਂ, ਤੇ ਜਿਸ ਟਾਈਮ ਮੈਂ ਜੱਜ ਦੇ ਪੇਸ਼ ਹੋਇਆ ਤੇ ਮੈਂ ਵੀ ਸਾਨੂੰ ਸੰਮਣ ਹੀ ਨਹੀਂ ਮਿਲੇ ਹੈਗੇ, ਤੇ 87 ਲੱਖ ਰੁਪਈਆ ਮੈਂ ਲੈਣਾ ਸੀ ਉਹਨਾਂ ਕੋਲੋਂ। ਠੀਕ ਹੈ, ਉਹਦਾ ਕੀ ਪ੍ਰੋਸੀਜਰ ਹੋਊ ਹੁਣ? ਕੇਸ ਚੱਲਦਾ ਮੇਰੇ ਕੋਲ 7 ਸਾਲ ਹੋ ਗਏ ਜੀ ਟੋਟਲ। ਉਹਨਾਂ ਨੇ ਤੁਹਾਡੇ ਤੇ ਕੇਸ ਕਾਹਦਾ ਕਰ ਦਿੱਤਾ? ਉਹਨਾਂ ਨੇ ਇਹ ਕੇਸ ਕਰਤਾ ਜੀ, ਸਾਨੂੰ ਇਹਨੇ ਰਜਿਸਟਰੀ ਨਹੀਂ ਕਰਾਈ, ਤੇ ਮੇਰੀ ਉਸ ਦਿਨ ਹਾਜ਼ਰੀ ਲੱਗੀ ਆ, ਤੇ ਉਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ। ਠੀਕ ਹੈ, ਕਬਜ਼ਾ ਦੇ ਦਿੱਤਾ ਤੁਸੀਂ ਉਹਨਾਂ ਨੂੰ? ਨਹੀਂ, ਕਬਜ਼ਾ ਮੇਰੇ ਕੋਲ, ਮੈਂ ਕਬਜ਼ਾ ਉਹਨਾਂ ਨੇ ਲੈ ਲਿਆ ਸੀ, ਕਬਜ਼ਾ ਮੈਂ ਦੁਬਾਰੇ ਫਿਰ ਲੈ ਲਿਆ ਉਹਨਾਂ ਕੋਲ, ਮੈਂ ਉਹਨਾਂ ਦੀਆਂ ਸੜਕਾਂ ਬਾਹਰਤੀਆਂ ਸੀ, ਆਪਣੀ ਮੈਂ ਬਾਉਂਡਰੀ ਕਰਤੀ ਉੱਥੇ। ਬਹੁਤ ਵਧੀਆ ਕੀਤਾ। ਦੇਖੋ ਇਹ ਤੁਹਾਡਾ ਸੀ ਸਬਜੈਕਟ, ਹੋਰ ਵੀ ਗੱਲ ਕਰਾਂਗੇ, ਜਿਹੜਾ ਇਹਦਾ ਹੋਰ ਕੋਈ ਰਾਏ ਨਹੀਂ, ਜਿਹੜੇ ਤੁਸੀਂ ਰਾਹ 'ਤੇ ਹੈਗੇ ਇਹਦਾ ਕੇਸ ਹੀ ਚੱਲਣਾ ਹੈਗਾ, ਅਤੇ ਜਾਊਗਾ ਵੀ ਤੁਹਾਡੀ ਫੇਵਰ ਦੇ ਵਿੱਚ ਕਿਉਂਕਿ ਤੁਹਾਡੀ ਹਾਜ਼ਰੀ ਲੰਘ ਚੁੱਕੀ ਹੈ। ਹਾਂਜੀ, ਉਹ ਹੁਣ ਇਸ ਤਰੀਕ ਮੇਰੀ ਤਰੀਕ ਸੀ 30, ਮੇਰਾ ਵਕੀਲ ਕਹਿਣ ਲੱਗਾ ਮੈਨੂੰ ਵੀ ਉਹਨਾਂ ਨੇ ਜੱਜ ਨੂੰ ਰਿਕੁਐਸਟ ਕੀਤੀ ਹੈ ਵੀ ਸਾਡਾ ਫੈਸਲਾ ਕਰਾ ਦਿਓ, ਅਤੇ ਇਹਦਾ ਫੈਸਲਾ ਕਿਸ ਬੇਸ 'ਤੇ ਹੋ ਸਕਦਾ? ਨਹੀਂ, ਫੈਸਲਾ ਤਾਂ ਇਹੀ ਹੋ ਸਕਦਾ ਜਾਂ ਤਾਂ ਉਹ ਪੈਸੇ ਵਾਪਸ ਕਰਨਗੇ ਰਾਏ ਲੈ ਲੈਣ ਤੁਹਾਡੇ ਕੋਲੋਂ, ਅਤੇ ਜਾਂ ਉਹ ਰਜਿਸਟਰੀ ਕਰਨ। ਹੋਰ ਫੈਸਲਾ ਆਪਾਂ ਉਹਨਾਂ ਨੇ ਕੀ ਕਰ ਸਕਦੇ? ਪੈਸੇ ਥੋੜ੍ਹੀ ਆਪਾਂ ਮੁੜ ਕੇ ਵੀ ਜਾਂ ਜ਼ਮੀਨ ਥੋੜ੍ਹੀ ਉਹਨਾਂ ਨੂੰ ਦੇ ਦੇਵਾਂਗੇ ਬਗੈਰ ਪੈਸਿਆਂ ਤੋਂ। ਹਾਂ ਜੀ, ਉਹ ਹੁਣ ਜ਼ਮੀਨ ਦਾ ਰੇਟ ਤਾਂ ਹੋ ਗਿਆ, ਮੈਂ ਉਹਨਾਂ ਨੂੰ 6,000 ਗਜ਼ ਨਾਲ ਦਿੱਤੀ, ਸ਼ਹਿਰ ਦੇ ਵਿੱਚ ਪਲਾਟ ਆ ਸਾਡਾ ਇਹ, ਅਤੇ ਹੁਣ ਉੱਥੇ ਜਾਣੀ ਕਿ ਪਲਾਟ 12-13 ਹਜ਼ਾਰ ਨੂੰ ਗਜ਼ ਵਿਕਣ ਡਿਆ, ਜਾਣੀ ਕਿ ਜੇ ਆਪਾਂ ਉੱਦਾਂ ਵੀ ਵੇਚੀਏ ਤਾਂ ਉਹ 8-9 ਹਜ਼ਾਰ ਨੂੰ ਗਜ਼ ਦਾ ਪਲਾਟ ਦਾ ਰੇਟ ਆ। ਚਲੋ ਤੁਹਾਡੀ ਫੇਵਰ 'ਚ ਆ, ਤੁਹਾਡਾ ਨੁਕਸਾਨ ਨਹੀਂ, ਵੈਸੇ ਇਹ ਤੁਹਾਡੀ ਬਹੁਤ ਇੱਕ ਸਿਆਣੇ ਪਿਆ ਕਿ ਜਿਹੜਾ ਕਬਜ਼ਾ ਨਹੀਂ ਤੁਸੀਂ ਛੱਡਿਆ, ਕਿਉਂਕਿ ਜਦੋਂ ਤੁਸੀਂ ਕਬਜ਼ਾ ਛੱਡ ਦਿੰਦੇ ਫਿਰ ਤੁਹਾਨੂੰ ਕੱਖ ਨਹੀਂ ਸਮੈਂਡਾ, ਫਿਰ ਉਹਨਾਂ ਨੇ ਲੜੀ ਜਾਣਾ ਸੀਗਾ, ਅਤੇ ਉਹ ਬਾਹਲਾ ਚਿਰ ਨਹੀਂ ਉਹ ਜਾਊਗਾ ਮੇਰੇ ਖਿਆਲ ਕਿ ਇਸ ਵੇਲੇ ਸਿਵਲ ਦੇ ਸੈਸ਼ਨ 'ਤੇ ਚਲਾ ਗਿਆ ਕੋਰਟ 'ਚ। ਸਿਵਲ 'ਚ ਹੀ ਆ ਜੀ? ਸਿਵਲ 'ਚ ਆ, ਹਾਂਜੀ, ਉਹ ਤੋਂ ਬਾਅਦ ਉਹ ਸ਼ਾਇਦ ਅਪੀਲ ਪਾ ਸਕਦੇ ਸੈਸ਼ਨ ਕੋਰਟ 'ਚ, ਪਰ ਤੁਹਾਡੀ ਫੇਵਰ 'ਚ ਜਾਣਾ ਚਾਹੀਦਾ ਕਿਉਂਕਿ ਤੁਹਾਡੇ ਕੋਲ ਰਸੀਦ ਹੈਗੀ ਆ। ਹਾਂਜੀ, ਮੈਂ ਉਹਨਾਂ ਨੂੰ ਲੈਟਰ ਵੀ ਭੇਜੇ ਆ, ਸਾਰੇ ਕੁਛ ਕੱਢਿਆ, ਉਹਨਾਂ ਨੇ ਮੈਨੂੰ ਪਹਿਲਾਂ ਤਾਂ ਜਵਾਬ ਹੀ ਨਹੀਂ ਦਿੱਤਾ 3 ਸਾਲ। ਹਾਂਜੀ,
ਤਿੰਨ ਸਾਲ ਤੋਂ ਜਦੋਂ ਦੋ ਦਿਨ ਰਹਿ ਗਏ ਤਾਂ ਉਹਨਾਂ ਨੇ ਮੇਰੇ ਤੇ ਕੇਸ ਕਰ ਛੱਡਿਆ, ਮੈਨੂੰ ਦੋ ਸਾਲ ਫਿਰ ਪਤਾ ਹੀ ਨਹੀਂ ਲੱਗਾ। ਫਿਕਰ ਨਾ ਕਰੋ, ਜੇ ਤੁਹਾਨੂੰ ਨਹੀਂ ਵੀ ਨੋਟਿਸ ਭੇਜੇ ਤੁਸੀਂ ਜਦੋਂ ਮਰਜ਼ੀ ਮੁੜ ਕੇ ਜਾ ਕੇ ਉਹਨਾਂ ਤੋਂ ਨੈਕਸਟ ਪਾਰਟੀ ਕਰਤਾ, ਤੁਸੀਂ ਮੁੜ ਕੇ ਜਾ ਕੇ ਪੇਸ਼ ਹੋ ਗਿਆ ਆਪਦੀ ਕਿ ਹਾਜ਼ਰੀ ਲਵਾ ਸਕਦੇ ਹਾਂ। ਓਕੇ ਜੀ, ਓਕੇ ਜੀ, ਥੈਂਕ ਯੂ ਜੀ। ਦੇਖੋ ਜੀ, ਇੱਦਾਂ ਦੇ ਵੀ ਇਹ ਕੇਸ ਜਿਹੜੇ ਬਹੁਤ ਲੋਕ ਇੱਦਾਂ ਦੇ ਵੀ ਫਸੇ ਆ, ਪਰ ਆਹ ਜਿਹੜਾ ਇਹਨਾਂ ਨੇ ਕਬਜ਼ਾ ਲੈ ਲਿਆ ਉਹਨਾਂ ਦੀਆਂ ਸੜਕਾਂ ਸੁੜਕਾਂ ਵਾਹ ਕੇ, ਇਹ ਇਹਨਾਂ ਦੀ ਬਹੁਤ ਸਿਆਣ ਪਿਆ। ਮੈਂ ਕਹਿੰਦਾ ਸਾਰਿਆਂ ਨੂੰ ਕਹਿੰਦਾ ਕਿ ਦੇਖੋ ਪਹਿਲੀ ਗੱਲ ਤਾਂ ਬੰਦੇ ਦੇਖ ਲਓ ਕਿ ਇਹਨਾਂ ਤੁਸੀਂ ਬਿਆਨਾ ਕਰਨ ਲੱਗੇ ਕਿ ਇਹ ਕੋਈ ਚਾਰ ਪੈਸੇ ਹੈਗੇ ਕਿ ਤੁਹਾਨੂੰ ਫਸਾਉਣ ਲੱਗਾ, ਤੇ ਦੂਜੀ ਗੱਲ ਜੋ ਕਬਜ਼ਾ ਨਾ ਦਿਓ, ਫਿਰ ਤੁਹਾਡੇ ਚਾਂਸ ਜ਼ਿਆਦੇ ਆ। ਜੇ ਕਬਜ਼ਾ ਦਿੱਤਾ ਫਿਰ ਤੁਹਾਨੂੰ ਪੈਸੇ ਕਾਹਨੂੰ ਦੇਣਗੇ, ਫਿਰ ਪੈਸੇ ਕੀ ਲੋੜ ਆ ਉਹਨਾਂ ਨੂੰ? ਤੁਹਾਨੂੰ ਬਿਆਨਾ ਦਿੱਤਾ 10-15% ਬਾਕੀ ਦੇ ਆਰਾਮ ਨਾਲ ਬੈਠੋ, ਤੁਹਾਨੂੰ ਪੈਸੇ ਕਿਉਂ ਦੇਣਗੇ? ਹਾਂ, ਤੇ ਜਿਹੜੀ ਇੱਕ ਇਹ ਵੀ ਗੱਲ ਕਰਦੇ ਜਿੱਦਾਂ ਹੁਣ ਚੱਕ ਕੇ ਨਾ ਤੁਹਾਡੇ ਕੋਲੋਂ ਲੈ ਕੇ ਤੇ ਬਿਆਨਾ ਲੈ ਕੇ ਜਾਂ ਕੁਛ ਦੇ ਕੇ ਪਲਾਟ ਕੱਟ ਦਿੱਤੇ ਆ, ਕਿ ਉਹ ਮਾਲਕ ਇਹ ਆ, ਬਿਲਕੁਲ ਸਾਨੂੰ ਕੂਟ ਕੇ ਸਮਾਨ ਇਹਨਾਂ ਦੇ ਫਿਰ ਪੈ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਅਮਰਿੰਦਰ ਸਿੰਘ ਬੋਲ ਰਿਹਾ ਜੀ, ਬਰਮਿੰਘਮ। ਹਾਂਜੀ, ਸਾਡੇ ਨਾ ਮੇਰੀ ਵਾਈਫ ਨੇ ਤੇ ਲੜਕੀ ਨੇ ਇੰਡੀਆ ਅਕਾਊਂਟ ਸੀ ਬੈਂਕ ਵਿੱਚ, ਬੈਂਕ ਹਾਂਜੀ ਪਿੰਡ 'ਚ, ਤੇ ਉਹ ਆਪਣੀ ਅਕਾਊਂਟ ਚੱਲਦਾ ਰਿਹਾ ਤੇ ਹੁਣ ਉਹ ਕਹਿੰਦੇ ਆਧਾਰ ਬਗੈਰ ਪੈਸੇ ਨੀ ਦਿੰਦੇ, ਆਧਾਰ ਕਾਰਡ ਬਣਵਾਇਆ ਤੇ ਉਹ ਵੀ ਉਹਨਾਂ ਨੇ ਗਲਤ ਗੁਲਤ ਬਣਾ ਦਿੱਤਾ। ਤੰਗ ਕਰੀ ਜਾਂਦੇ ਆ, ਤੁਹਾਡੀ ਕਹਿੰਦੇ ਬੰਦ ਕੀਤਾ ਜੀ। ਬੈਂਕ ਕਿਹੜੀ ਆ? ਬੈਂਕ ਆਫ ਇੰਡੀਆ ਚ, ਬੈਂਕ ਆਫ ਇੰਡੀਆ, ਇੰਡੀਅਨ ਬੈਂਕ, ਉਦਵਾਲ ਦੇ ਵਿੱਚ ਜਗ੍ਹਾ ਜੀ, ਬ੍ਰਾਂਚ ਮਤਲਬ ਪਿੰਡ ਦੇ ਵਿੱਚ ਬ੍ਰਾਂਚ ਆ। ਹਾਂਜੀ, ਨਹੀਂ ਇਹ ਤਾਂ ਕਦੀ ਹੋ ਨਹੀਂ ਸਕਦਾ ਜੀ ਇੱਦਾਂ ਵੀ, ਮਤਲਬ ਤੁਹਾਡੇ ਕੋਲੋਂ ਕੋਈ ਡਾਕੂਮੈਂਟ ਜਿਹੜੇ ਆ ਜਿੱਦਾਂ ਪੈਸੇ ਤੁਸੀਂ ਆਪਣੇ ਬਾਹਰ ਲਏ ਡਾਕੂਮੈਂਟ ਦੇ, ਐਨ ਆਰ ਓ ਅਕਾਊਂਟ ਆ ਜਾਂ ਤੁਹਾਡਾ ਉੱਥੇ ਦਾ ਰੈਜੀਡੈਂਸ ਅਕਾਊਂਟ ਆ? ਉਹੀ ਇੰਡੀਆ ਦਾ ਹੀ ਅਕਾਊਂਟ, ਪੁਰਾਣਾ ਇੰਡੀਆ ਦਾ। ਤੇ ਪੈਨ ਕਾਰਡ ਬਣਿਆ ਹੋਇਆ ਤੁਹਾਡਾ? ਪੈਨ ਕਾਰਡ ਹੈਗਾ, ਪੈਨ ਕਾਰਡ ਹੈਗਾ। ਉਹ ਕੀ ਕਹਿ ਕੀ ਰਹੇ ਆ ਤੁਹਾਨੂੰ? ਇਹ ਤਾਂ ਹੈ ਵੀ ਅਕਾਊਂਟ ਜਦੋਂ ਤੁਸੀਂ ਆਪਰੇਟ ਨਹੀਂ ਕਰਦੇ ਉਹ ਸੀ ਆਧਾਰ ਕਾਰਡ ਲਿਆਓ ਤੇ ਉਹਦੇ ਮਤਲਬ ਉੱਥੇ ਹੈਡ ਆਫਿਸ ਚਲੇ ਗਏ ਆ ਤੇ ਉਹ ਤਾਂ ਹੀ ਬਣੂਗਾ ਅਕਾਊਂਟ ਨਵਾਂ। ਮਨੀ ਬੁੱਕ ਜਿਹੜੀ ਉਹਨਾਂ ਨੇ ਉੱਥੇ ਲਿਸਟ ਆ ਕੈਂਸਲ, ਤੇ ਉਹ ਕਿੰਨੀ ਕਿਰਾਇਆ ਲਾ ਕੇ ਆਧਾਰ ਕਾਰਡ ਬਣਾਉਣ, ਆਧਾਰ ਕਾਰਡ ਵੀ ਬਣਦਾ ਨੀ, ਆਮ ਅਮੈਂਡ ਦੁਬਾਰਾ ਤੁਸੀਂ ਕਰ ਕੀ ਦੱਸੋਗੇ ਸਰ? ਦੇਖੋ ਜਿਹੜਾ ਆਧਾਰ ਕਾਰਡ ਆ ਆਪਾਂ ਨਹੀਂ ਬਣਾ ਸਕਦੇ, ਵਾਰ ਵਾਰ ਕਹਿੰਦੇ ਹਾਂ ਕਿ ਪਲੀਜ਼ ਉਹ ਕੰਮ ਨਾ ਕਰੋ ਜਿਹੜਾ ਲੀਗਲੀ ਅਸੀਂ ਕੰਮ ਨਹੀਂ ਕਰ ਸਕਦੇ। ਵੈਸੇ ਠੀਕ, ਜਿਹੜਾ ਤੁਹਾਡਾ ਅਕਾਊਂਟ ਆ ਮੈਂ ਹਮੇਸ਼ਾ ਕਹਿੰਦਾ ਕਿ ਤੁਸੀਂ ਦਸ ਦੇ ਆਧਾਰ ਕਾਰਡ ਬਣਾਈ ਜਾਂਦੇ, ਉਹਨਾਂ ਨੂੰ ਇਹ ਕਹੋ ਕਿ ਅਸੀਂ ਹੁਣ ਯੂਕੇ 'ਚ ਰਹਿ ਰਹੇ ਹਾਂ, ਆਹ ਸਾਡਾ ਓਰਡਨਰੀ ਅਕਾਊਂਟ ਆ, ਇਹਨੂੰ ਐਨ ਆਰ ਓ ਅਕਾਊਂਟ 'ਚ ਕਨਵਰਟ ਕਰ ਦਿਓ। ਉਹ ਕਹਿੰਦੇ ਆ ਆਧਾਰ ਲਿਆ ਕੇ ਬਣ ਵੀ ਗਿਆ ਤੇ ਉਹ ਸਿਰਫ ਲੜਕੀ ਯੂ ਦੀ ਜਗ੍ਹਾ ਤੇ ਉੱਥੇ ਵੀ ਲਿਖ ਦਿੱਤਾ ਉਹਨੇ ਪਿੰਡ ਦਾ ਨਾਂ, ਉਦੋਵਾਲ ਪਿੰਡ ਦਾ ਨਾਂ ਸੀ, ਉਹ ਵੀ ਪਾ ਦਿੱਤੀ ਉਹਨੇ ਗਲਤੀ ਨਾਲ। ਚਲੋ ਜੇ ਹੋ ਗਈ ਆ, ਦੇਖੋ ਵੱਖਰੀ ਗੱਲ, ਆਧਾਰ ਕਾਰਡ ਦੀ ਆਪਾਂ ਗੱਲ ਛੱਡੀ, ਵੈਸੇ ਨਹੀਂ ਬਣਾਉਣਾ ਚਾਹੀਦਾ ਸੀ, ਜੇ ਗਲਤ ਵੀ ਬਣ ਗਿਆ ਤਾਂ ਉਦੋਂ ਚੰਗੀ ਗੱਲ ਹੈ ਕਿ ਤੁਹਾਡੇ ਤੁਸੀਂ ਬਚ ਗਏ। ਠੀਕ ਹੈ, ਹੁਣ ਤੁਸੀਂ ਉਹਨਾਂ ਨਾਲ ਗੱਲ ਕਰੋ ਕਿ ਅਸੀਂ ਬਾਹਰ ਰਹਿਣਾ ਹੈ, ਇਸ ਅਕਾਊਂਟ ਨੂੰ ਕਨਵਰਟ ਕਰਕੇ ਐਨ ਆਰ ਓ ਅਕਾਊਂਟ ਕਰ ਦਿਓ। ਨਹੀਂ ਉਹ ਮੈਂ ਤਾਂ ਹੀ ਕਹਿੰਦਾ ਨਾ ਵੀ ਪ੍ਰੋਸੀਜਰ ਕਿਸੇ ਹੈਡ ਆਫਿਸ ਨੂੰ ਕੋਈ ਕਰੀਏ ਜਾਂ ਕੀ ਕਰੀਏ? ਨਹੀਂ ਨਹੀਂ, ਉਹਨੂੰ ਬੈਂਕ ਜਿਹੜੀ ਤੁਹਾਡੀ ਬ੍ਰਾਂਚ ਉਹਨੂੰ ਅਪਰੋਚ ਕਰੋ ਨਾ, ਉਹ ਆਪੇ ਕਰਨਗੇ। ਅਸੀਂ ਗਏ ਹਾਂ ਜੀ, ਮੈਂ ਵੀ ਉਹਨਾਂ ਨੂੰ ਮਤਲਬ ਪਰਸਨਲੀ ਮੈਂ ਵੀ ਗਿਆ ਨਾਲ, ਇਹ ਤਾਂ ਚਲੋ ਠੀਕ ਹੈ ਅਨਪੜ੍ਹ ਸੀਗੀਆਂ ਮੈਂ ਗਿਆ, ਉਹ ਬਸ ਸਾਰੀ ਸਾਰੀ ਕਹਿੰਦਾ ਉਹ ਹੈਡ ਆਫਿਸ ਦੇਖੋ ਇਹ ਚੀਜ਼ ਜਿਹੜੀ ਤੁਸੀਂ ਕਹਿ ਰਹੇ ਆ, ਤੁਸੀਂ ਇਕੱਲੇ ਨਹੀਂ, ਮੈਂ ਇਹ ਗਰੰਟੀ ਕਰਦਾ ਕਿ ਬਹੁਤ ਲਿਸਨਰ ਇਸ ਵੇਲੇ ਸੁਣ ਰਹੇ ਆ, ਹਜ਼ਾਰਾਂ ਅਕਾਊਂਟ ਜਿਹੜੇ ਆ ਨਾ ਓਨਰੀ ਤੋਂ ਐਨ ਆਰ ਓ ਕਨਵਰਟ ਹੋ ਚੁੱਕੇ ਆ। ਓਕੇ, ਜੇ ਉਹ ਨਹੀਂ ਕਰਦਾ ਉਹਨਾਂ ਗੱਲ ਕਰੋ, ਦੂਜੀ ਮੈਂ ਗੱਲ ਇਹ ਕਹਿੰਦਾ ਕਿ ਜਦੋਂ ਨਾ ਕਰੋ ਉੱਥੇ ਬੈਠੇ ਹੋ ਤੁਸੀਂ, ਸਾਨੂੰ ਕੰਟੈਕਟ ਕਰੋ, ਅਸੀਂ ਉਹਨਾਂ ਗੱਲ ਕਰਕੇ ਦੇਖ ਲਾਂਗੇ। ਦੂਸਰੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ, ਕਿੰਨੇ ਚਿਰਾਂ ਬਾਅਦ ਤੁਸੀਂ ਉਸ ਅਕਾਊਂਟ ਤੋਂ ਬਾਅਦ ਗਏ, ਅਕਾਊਂਟ ਫਰੀਜ਼ ਹੋਇਆ ਇਹਨਾਂ ਦਾ? ਡਜ਼ਨ ਮੈਟਰ, ਨਹੀਂ ਮੈਂ ਇਹ ਪੁੱਛਦਾ ਕਿੰਨਾ ਚਿਰ ਹੋ ਗਿਆ ਤੁਸੀਂ ਅਕਾਊਂਟ ਓਪਰੇਟ ਨਹੀਂ ਕੀਤਾ? ਤਿੰਨ ਕੁ ਸਾਲ। ਤਿੰਨ ਕੁ ਸਾਲ ਬਾਲਾ ਚਿਰ ਨੇਗਾ,
ਹਾਂ ਕਈ ਤਾਂ 20-20 ਸਾਲ ਦੇ ਨਹੀਂ ਗਏ, ਉਹ ਫਿਰ RBI ਨੂੰ ਭੇਜ ਦਿੰਦੇ ਜੀ, ਬਿਲਕੁਲ ਬਿਲਕੁਲ ਜੀ, ਹਾਂਜੀ ਰਿਜ਼ਰਵ ਬੈਂਕ ਆਫ ਇੰਡੀਆ ਨੂੰ, ਹਾਂਜੀ ਇਸ ਕਰਕੇ ਫਿਰ ਉਹਦੀ ਥੋੜੀ ਬਾਲੀ ਜੀ ਪ੍ਰੋਬਲਮ ਆਉਂਦੀ, ਉਹ ਵੀ ਉਹਨਾਂ ਦੀ ਡਿਊਟੀ ਬਣਦੀ ਹੈ ਜਦੋਂ ਬੰਦਾ ਜਾ ਕੇ ਗਿਆ ਆ, ਹਾਂਜੀ ਡਾਕੂਮੈਂਟ ਦੇਵੇ ਤਾਂ ਸਭ ਕੁਛ ਹੋ ਜਾਂਦਾ, ਪਰ ਇਹ ਤਾਂ ਪਤਾ ਨਹੀਂ ਤੁਹਾਡੇ ਨਾਲ ਇੱਦਾਂ ਹੋ ਰਹੀ ਆ। ਟੈਕਸੀਆਂ ਦੇ ਉੱਤੇ ਘੁੰਮ ਘੁੰਮ ਕੇ ਮੈਂ ਤੱਕ 20-25,000 ਰੁਪਇਆ ਖਰਚ। ਚਲੋ ਓਕੇ ਜੀ, ਕੋਈ ਨਹੀਂ, ਤੁਸੀਂ ਮਤਲਬ ਇਹ ਕੰਟੈਕਟ ਕਰ ਲਿਓ, ਜੇ ਨਹੀਂ ਤਾਂ ਕਰੋ, ਤੁਹਾਨੂੰ ਪੈਸੇ ਨਹੀਂ ਜਾਂਦੇ ਤੁਹਾਡੇ ਕਿਤੇ ਵੀ। ਬਿਲਕੁਲ ਜੀ, ਹੁਣ ਹੁਣ ਮੈਂ ਗੱਲ ਇਹਦੇ ਬਾਰੇ ਥੋੜ੍ਹੀ ਹੋਰ ਕਰਨੀ ਚਾਹੁੰਦਾ ਸੀ। ਹਾਂਜੀ, ਅਸੀਂ ਆਪ ਗਲਤ ਕੰਮ ਕਰੀ ਜਾਂਦੇ ਮੁੜ ਮੁੜ ਕੇ, ਬਿਲਕੁਲ, ਅਸੀਂ ਤਾਂ ਆਪਣਾ ਰਾਹ ਆਪੇ ਬਣਾ ਜਾਂਦੇ ਫਸਲ ਨੂੰ। ਉਹ ਤਾਂ ਬਿਲਕੁਲ, ਦੇਖੋ ਜੀ ਕਿੰਨੀ ਵਾਰ ਅਸੀਂ ਕਹਿ ਰਹੇ ਵੀ ਆਧਾਰ ਕਾਰਡ ਨਹੀਂ, ਸੁਪਰੀਮ ਕੋਰਟ ਦੀ ਜੱਜਮੈਂਟ ਆ ਵੀ ਆਧਾਰ ਕਾਰਡ ਨਹੀਂ ਬਣਾ ਸਕਦੇ, ਫੇਰ ਵੀ ਅਸੀਂ ਬਣਾਉਣਾ, ਔਰ ਬੈਂਕ ਵਾਲਾ ਜੇ ਕੋਈ ਮੰਗਦਾ ਤੇ ਉਹ ਗੁਨਾਹਗਾਰ ਆ। ਆਪਣੇ ਆਪ ਫਸਲ ਦੇ ਤਰੀਕੇ ਕਰ, ਇਹ ਦੇਖੋ ਜੀ ਓਦਾਂ ਇਹਦੇ ਚ ਕੋਈ ਸ਼ੱਕ ਨੀ ਵੀ ਉੱਥੋਂ ਵਾਲੇ ਲੋਕ ਮਤਲਬ ਮਿਸਯੂਜ਼ ਕਰਦੇ ਆ ਸਾਡੇ ਬਾਹਰਲਿਆਂ ਨੂੰ। ਇੱਕ ਹੱਲ ਲੈ ਲਈਏ ਜੀ। ਹੈਲੋ, ਹਾਂਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਮੈਂ ਪਤਾ ਕਰਨਾ ਸੀ ਜਿਹੜਾ ਓਸੀ ਦਾ ਰੌਲਾ, ਓਸੀ ਲੋਕ ਲੈਂਦੇ ਆ, ਹਾਂਜੀ, ਇਹਦੇ ਤਾਂ ਜਿਹੜਾ ਵੀਜ਼ਾ ਲੈਂਦੇ ਆ ਉਹਦੇ ਚ ਇਹਦਾ ਕੀ ਫਰਕ ਆ? ਕਿੱਦਾਂ ਜੀ? ਜਿਹੜਾ ਓਸੀ ਲੈਂਦੇ ਆ ਆਪਾਂ, ਹਾਂ, ਤੇ ਜਿਹੜਾ ਬ੍ਰਿਟਿਸ਼ ਪਾਸਪੋਰਟ ਜਿਹਦੇ ਕੋਲ ਵੀਜ਼ਾ ਲੈ ਕੇ ਇੰਡੀਆ ਨੂੰ ਜਾਂਦਾ ਆ, ਤਾਂ ਉਹਦੇ 'ਚ ਤਾਂ ਉਹਦੇ 'ਚ ਕੀ ਫਰਕ ਆ? ਇਹ ਤਾਂ ਤੁਹਾਡੀ ਆਪਣੀ ਮਰਜ਼ੀ ਆ ਜੀ। ਜਿਹੜਾ ਵੀਜ਼ਾ ਆ, ਵੀਜ਼ਾ ਜਿਹੜਾ ਮਤਲਬ ਉਹ ਜਿਹੜਾ ਸਾਲ ਦਾ ਹੁੰਦਾ ਮਲਟੀਪਲ, ਉਹਦੇ 'ਤੇ ਤੁਸੀਂ ਜਾਂਦੇ, ਤਾਂ ਜੇ ਤੁਸੀਂ 6 ਮਹੀਨੇ ਤੋਂ ਵੱਧ ਰਹਿਣਾ ਉੱਥੇ, ਤਾਂ ਤੁਹਾਨੂੰ ਉੱਥੇ ਪੁਲਿਸ ਸਟੇਸ਼ਨ ਜਾ ਕੇ, ਨਾ ਉਹ ਤਾਂ ਮੈਨੂੰ ਪਤਾ, ਹਾਂਜੀ, ਅਤੇ ਜਿਹੜਾ OCI ਆ ਲੱਗਾ ਕੋਈ ਐਸੀ ਵੈਸੀ ਕੋਈ ਗੜਬੜ ਹੋ ਜਾਏ ਤਾਂ ਬ੍ਰਿਟਿਸ਼ ਗੌਰਮੈਂਟ ਜ਼ਿੰਮੇਵਾਰ ਨਹੀਂ ਹੈ। ਨਹੀਂ ਇੱਦਾਂ ਦਾ ਨਹੀਂ, ਇਹਦੇ ਬਾਰੇ ਦੇਖੋ ਮੈਂ ਤੁਹਾਨੂੰ ਮੈਂ ਕਲੀਅਰ ਕਰ ਦਿੰਦਾ, ਜਿਹੜਾ OCI ਹੈ ਨਾ, OCI ਸਿਰਫ ਸਾਰੀ ਉਮਰ ਦਾ ਵੀਜ਼ਾ ਆ, ਹੋਰ ਨਹੀਂ ਕੁਛ ਵੀ। ਤੁਹਾਡਾ ਪਾਸਪੋਰਟ ਬ੍ਰਿਟਿਸ਼ ਹੀ ਰਹਿਣਾ ਆ, ਹਾਂਜੀ, ਤੁਹਾਨੂੰ ਜੇ ਇੰਡੀਆ ਗਿਆ ਨੂੰ ਕੋਈ ਪ੍ਰੋਬਲਮ ਪੈਂਦੀ ਆ, ਪਰ ਤੁਹਾਡੀ ਉੱਥੇ ਸੇਫਟੀ ਜਿਹੜੀ ਜ਼ਿੰਮੇਵਾਰੀ ਆ ਉਹ ਜਿਹੜੀ ਦਿੱਲੀ ਬ੍ਰਿਟਿਸ਼ ਐਂਬੈਸੀ ਆ ਉਹਨਾਂ ਦੀ ਆ, ਇੰਡੀਆ ਵਾਲਿਆਂ ਦਾ ਨਹੀਂ ਇਹਨਾਂ ਕੋਈ ਰੌਲਾ। ਆਪਾਂ ਤਾਂ ਉਹ ਬ੍ਰਿਟਿਸ਼ ਗੌਰਮੈਂਟ ਕਹਿੰਦੀ ਆ ਅਸੀਂ ਜ਼ਿੰਮੇਵਾਰ ਨਹੀਂ ਹੈ। ਨਹੀਂ ਨਹੀਂ ਨਹੀਂ, ਬਿਲਕੁਲ ਨਹੀਂ। ਜੇ ਤੁਸੀਂ ਇੰਡੀਆ ਦੇ ਤੁਸੀਂ ਐਂਟਰ ਹੋਣਾ ਆ, ਤੁਸੀਂ ਬ੍ਰਿਟਿਸ਼ ਪਾਸਪੋਰਟ 'ਤੇ ਐਂਟਰ ਹੋਣਾ ਆ, ਹਾਂਜੀ। ਸੋ ਜਿਹੜੀ ਕੰਟਰੀ ਦਾ ਪਾਸਪੋਰਟ ਆ ਉਸ ਕੰਟਰੀ ਦੀ ਜ਼ਿੰਮੇਵਾਰੀ ਆ। ਮਤਲਬ ਅੱਜ ਤੱਕ 2005 ਦਾ OCI ਸਟਾਰਟ ਹੋਇਆ, ਅੱਜ ਤੱਕ ਇੱਕ ਵੀ ਇੱਦਾਂ ਦਾ ਕੋਈ ਕੇਸ ਨਹੀਂ ਆਇਆ ਜਿੱਥੇ OCI ਕਰਕੇ ਪ੍ਰੋਬਲਮ ਪਈ ਹੋਵੇ। ਬਾਕੀ ਗੱਲ ਭਾਈ ਸਾਹਿਬ ਜੀ ਇਹ ਆ, ਜੇ ਬ੍ਰਿਟਿਸ਼ ਪਾਸਪੋਰਟ ਤੇ ਵੀਜ਼ਾ ਲੈ ਕੇ ਚੱਲ ਜੇ ਤੇ ਉੱਥੇ ਜਾ ਕੇ ਬੰਦਾ ਕਤਲ ਕਰਦੇ ਤੇ ਬ੍ਰਿਟਿਸ਼ ਗੌਰਮੈਂਟ ਲੈ ਆਊਗੀ ਉਹਨੂੰ? ਇਹ ਨਹੀਂ ਕੰਮ ਕਰਦਾ, ਇਹ ਕੰਮ ਨਾ ਕਰਿਓ ਉੱਥੇ ਆ ਕੇ। ਮਤਲਬ ਇਹ ਜਿਹੜਾ ਇੰਡੀਆ ਦੇ ਕਾਨੂੰਨ ਆ ਉਹ ਸਾਰੇ ਉਹ ਸਾਰੇ ਮੰਨਣੇ ਪੈਣੇ, ਉਹ ਚਾਹੇ ਤੁਹਾਡੇ ਕੋਲ ਮਹੀਨੇ ਦਾ ਵੀਜ਼ਾ ਚਾਹੇ ਸਾਲ ਦਾ ਵੀਜ਼ਾ ਕੋਈ ਵੀ ਆ। ਨਹੀਂ ਉਹ ਬ੍ਰਿਟਿਸ਼ ਦੇਖੋ ਜਿੱਥੇ ਉਹਨਾਂ ਦੇ ਬਣਦੀ ਆ, ਆਪਾਂ ਬ੍ਰਿਟਿਸ਼ ਸਿਟੀਜ਼ਨ ਆ ਜਿਹੜੇ, ਉਹ ਬ੍ਰਿਟਿਸ਼ ਇਹਨਾਂ ਦੀ ਜ਼ਿੰਮੇਵਾਰੀ ਆ। ਇਹਦਾ ਮਤਲਬ ਇਹ ਕਿ ਜੇ ਉਹਦਾ ਨਾ ਜਾਂਦਿਆਂ ਨੂੰ ਕਿਤੇ ਬਿਠਾ ਕੇ ਤਾਂ ਪੁੱਛਣ ਉਹ ਕਹਾਂ ਬਈ? ਨਾ ਨਾ, ਬਿਲਕੁਲ ਨਹੀਂ, ਬਿਲਕੁਲ ਨਹੀਂ ਇੱਦਾਂ ਦਾ। ਮੈਂ ਗੱਲ ਕਰਦਾ, ਅੱਜ ਬੈਂਕਾਂ ਦੀ ਗੱਲ ਕਰਦੇ ਹੈ ਨਾ, ਹਾਂਜੀ, ਗੁਰਮੁਖੀ ਬੋਲਦੇ ਆ, ਹਾਂਜੀ, ਗੁਰਮੁਖੀ ਬੋਲਦੇ? ਨਹੀਂ, ਗੁਰਦਾਵਰ ਬੋਲਦਾ ਮੈਂ। ਅੱਛਾ ਜੀ, ਹਾਂਜੀ, ਕਰੋ ਜੀ ਗੱਲ। ਇਹ ਗੱਲ, ਹਾਂਜੀ, ਕਰੋ ਕਰੋ। ਅੱਛਾ, ਇਹ ਗੱਲ, ਮੈਂ 2 ਮਹੀਨੇ ਹੋਏ ਇੰਡੀਆ 'ਚੋਂ ਆਏ ਨੂੰ, ਹਾਂਜੀ, ਤੇ ਮੈਂ ਪਹਿਲਾਂ ਮੇਰੇ ਪੈਸੇ ਆਏ ਸੀ ਇੱਥੇ, ਮੈਂ 2 ਦਿਨ ਪਹਿਲਾਂ ਪੁੱਛ ਗਿਆ। ਅੱਛਾ ਜੀ, ਐਂਟਰੀ ਕਰਾਉਣੀ ਸੀ। ਅੱਛਾ ਜੀ, ਤੇ ਤੀਜੇ ਦਿਨ ਮੈਂ ਉੱਥੇ ਗਿਆ, ਤੇਰੇ ਕੇ ਪੈਸੇ ਉਹ ਮੁੜ ਗਏ। ਮੁੜ ਕਿੱਥੇ? ਮੁੜ ਕਿੱਥੇ? ਮੈਂ ਕਿਹਾ ਨੂਰਮਹਿਲ ਨੂੰ, ਨੂਰਮਹਿਲ ਨੂੰ ਜਾਂ ਵੱਡੇ ਮੈਨੇਜਰ ਨੂੰ ਮਿਲਿਆ ਮੈਂ। ਹਾਂਜੀ, ਇਹ ਪੂਰੀ ਬੜੀ ਭਾਗਸਣ ਆਪਣੀ ਪੰਜਾਬਣ ਸੀ। ਅੱਛਾ ਜੀ, ਉਹ ਮੈਂ ਦੱਸਿਆ ਅੰਕਲ ਬੈਠੇ ਪੈਸੇ ਤੇ ਰਹਿ ਗਏ, ਮੈਂ ਤੇ ਫਾਰਮ ਭਰੇ ਸਾਰੇ ਕੋਲ ਕੀਤੇ ਆ, ਉਹ ਇੰਨੇ ਖਰਾਬ ਕਰਦੇ ਹੋਏ ਨਾ ਇਹ ਏਅਰ ਬੈਂਕ ਵਾਲੇ,
ਤੇ ਪੁੱਛੋ ਨਾ ਮੇਰੇ ਉਧਰੋਂ ਰੈਕਟਰੀ ਹੋਣ ਵਾਲੀ ਉਧਰੋਂ ਮੈਨੂੰ ਆਈ ਗਲੀ ਗੇੜੇ ਪਾਇਆ ਉਹਨੇ ਕਿੱਦਾਂ ਜੀ ਗੱਲ ਦੀ ਪੂਰੀ ਤਨ ਲੱਗੀ ਜੀ ਸਾਹਿਬ ਹਾਂ ਥੋੜੀ ਲੱਗੀ ਇਹ ਕਹਿੰਦੇ ਆ ਕਿ ਉਧਰ ਇਹਨੇ ਰਜਿਸਟਰੀ ਕਰਾਉਣੀ ਸੀ ਹਾਂਜੀ ਤੇ ਪੈਸੇ ਭੇਜ ਦਿੱਤੇ ਆ ਪੈਸੇ ਬੈਂਕ 'ਚ ਪਹੁੰਚ ਗਏ ਹਾਂ ਅਤੇ ਮੁੜ ਕੇ ਚੈੱਕ ਕੀਤਾ ਕਹਿੰਦੇ ਜਿੱਥੋਂ ਪੈਸੇ ਆਏ ਪੈਸੇ ਵਾਪਸ ਚਲ ਗਏ ਉਹ ਇਹ ਕਿੱਦਾਂ ਹੋ ਸਕਦੀ ਹੈ ਇਹ ਕਿੱਦਾਂ ਹੋ ਸਕਦੀ ਹੈ ਜੀ ਹੈ ਨਾ ਇਹ ਕਿੱਦਾਂ ਹੋਇਆ ਮੈਨੇਜਰ ਆਪਣੀ ਇੰਡੀਅਨ ਕੁੜੀ ਪੰਜਾਬੀ ਕੁੜੀ ਸੀ ਉਹ ਬੈਂਕ ਗਰਾਂ ਵਾਲੀ ਜਿਹੜੀ ਆ ਆਪਣੇ ਨੈਸ਼ਨਲ ਬੈਂਕ ਇੰਡੀਆ ਬੈਂਕ ਉਹਨੇ ਦੱਸਿਆ ਅੰਕਲ ਬੈਠੇ ਪੈਸੇ ਤੇਰੇ ਆਏ ਉਦੋਂ ਦੱਸੇ ਨਹੀਂ ਮੈਂ ਫਾਰਮ ਭਰੇ ਆ ਅਤੇ ਹੁਣ ਉਹ ਪੈਸੇ ਕਿੱਥੇ ਮੁੜ ਗਏ ਨਹੀਂ ਤਾਂ ਡੀਟੇਲ 'ਚ ਉਹਨਾਂ ਨਾਲ ਚੈੱਕ ਕਰਨਾ ਪਊਗਾ ਵੀ ਹਾਂਜੀ ਗਏ ਕਿੱਥੇ ਆ ਨਾ ਇਹ ਤਾਂ ਕੋਈ ਕੋਈ ਰੀਜ਼ਨ ਹੋਊਗਾ ਉੱਦਾਂ ਆਪਾਂ ਗੱਲ ਕਰੀਏ ਆਪਾਂ ਐਦਾਂ ਫਿਰ ਕਹਿ ਲਾ ਹਾਕਾ ਮਾਨ ਪਾਉਣ ਦੇਖ ਕੇ ਕਹਿ 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 ਪਰੇ ਮੈਨੂੰ ਕਹਿੰਦਾ ਉੱਥੇ ਬਹਿ ਜਾ ਚਲੋ ਜੀ ਇਹ ਤਾਂ ਹੁਣ ਡਿਟੇਲ 'ਚ ਪੂਰੀ ਗੱਲ ਹੋ ਸਕਦੀ ਇੱਦਾਂ ਹੋ ਨਹੀਂ ਸਕਦੀ ਚਲੋ ਖੈਰ ਜੀ ਕੋਈ ਨਹੀਂ ਇਹਦੇ ਲਈ ਤੁਸੀਂ ਬਾਅਦ 'ਚ ਸਾਡੇ ਨਾਲ ਗੱਲ ਕਰ ਲਿਓ ਅਤੇ ਦੇਖੋ ਜੀ ਆਪਣੇ ਕੋਲ ਟਾਈਮ ਸਿਰਫ 3 ਮਿੰਟ ਰਹਿ ਗਿਆ ਠੀਕ ਹੈ ਜੀ ਟਾਈਮ ਚੱਲੇਗਾ ਤੁਸੀਂ ਭੂਸ਼ਣ ਜੀ ਦੱਸੋ ਆਪਣੀ ਗੱਲ ਰਹਿ ਗਈ ਹਾਂਜੀ ਵਿਜੇ ਦੀ ਗੱਲ ਦੱਸੋ ਜੀ ਜਿਹੜੀ ਹਾਂਜੀ ਉਹ ਵੀ ਗੱਲ ਉਨੀ ਜ਼ਰੂਰੀ ਸੀ ਜਿੰਨੀ ਜ਼ਰੂਰੀ ਹਾਂਜੀ ਆ 12 ਸਾਲ ਆ ਗਈ ਆ 12 ਸਾਲ ਵਾਲੀ ਸੀ ਇਸ ਵੀਕ ਤੋਂ ਜਿਹੜਾ ਇੰਡੀਆ ਵਾਲਿਆਂ ਨੇ ਜਿਹੜਾ ਈ ਵੀਜ਼ਾ ਕਰਦੇ ਹੁੰਦੇ ਸੀ ਕੰਪਿਊਟਰ 'ਤੇ ਆਪ ਹੀ ਘਰ ਅਪਲਾਈ ਕਰ ਲੈਂਦੇ ਸੀਗੇ ਉਹਦੇ ਥੋੜ੍ਹੇ ਤਰੀਕੇ ਚੇਂਜ ਕਰਤੇ ਆ ਹੁਣ ਉਹ 4 ਤਰ੍ਹਾਂ ਦੇ ਵੀਜ਼ੇ ਬਣਾਤੇ ਆ 2 ਤਰ੍ਹਾਂ ਦੇ ਉਹ ਵੀਜ਼ੇ ਕਰਤੇ 1 ਮਹੀਨੇ ਵਾਲੇ ਜੀ ਅਤੇ 1 ਸਾਲ ਦਾ ਵੀਜ਼ਾ ਅਤੇ ਮਤਲਬ ਉਹਦੇ ਨਾਲ ਹੁਣ ਨਵਾਂ ਇਹ ਹੁਣ ਇਹਨਾਂ ਨੇ 5 ਸਾਲ ਦਾ ਵੀਜ਼ਾ ਵੀ ਸਟਾਰਟ ਕਰਤਾ ਇੰਡੀਆ ਵਾਸਤੇ ਵੈਰੀ ਗੁੱਡ ਬਹੁਤ ਵਧੀਆ ਅਪਲਾਈ ਕਰਦੇ ਔਰ ਫੀਸ ਤਾਂ ਬਿਲਕੁਲ ਘਟਾਤੀ ਹੈ ਇਹਨਾਂ ਦੀ ਅੱਛਾ ਜੀ 5 ਸਾਲ ਦਾ ਵੀਜ਼ਾ $80 ਦਾ ਕਰਤਾ $80 ਦੇ ਤਕਰੀਬਨ 60 ਪਾਉਂਡ ਬਣਨੇ ਆ 70 ਪਾਉਂਡ ਹਾਂਜੀ ਅਤੇ 1 ਸਾਲ ਦਾ ਵੀਜ਼ਾ $40 ਦਾ ਅਤੇ ਜਿਹੜਾ 1 ਮਹੀਨੇ ਵਾਲਾ ਵੀਜ਼ਾ ਹੈ ਜਿਹਦਾ ਤੁਸੀਂ ਅਪ੍ਰੈਲ ਤੋਂ ਜੂਨ ਦੇ ਵਿੱਚ ਜਾਣਾ ਇਹ ਜਿਹੜੇ 3 ਮਹੀਨੇ ਆ ਇਹ ਸੀਜ਼ਨ ਦੇ ਹਿਸਾਬ ਨਾਲ ਵੀ ਕਿਉਂਕਿ ਉਦੋਂ ਗਰਮੀ ਬਹੁਤ ਹੁੰਦੀ ਲੋਕੀ ਘੱਟ ਜਾਂਦੇ ਆ ਉਹ ਬਿਜਲੀ ਦਾ ਬਿੱਲ ਉੱਥੇ ਜ਼ਿਆਦਾ ਹੁੰਦਾ ਤੇ ਉਹ ਜਿਹੜਾ 1 ਮਹੀਨੇ ਵਾਲਾ ਵੀਜ਼ਾ ਅਪ੍ਰੈਲ ਤੋਂ ਜੂਨ ਦੇ ਵਿੱਚ ਹੈ ਉਹਦੀ ਫੀਸ $10 ਆ ਸਾਰੀ ਸਿਰਫ ਹਾਂਜੀ ਅਤੇ ਜੇ ਤੁਸੀਂ ਜੁਲਾਈ ਤੋਂ ਮਾਰਚ ਦੇ ਵਿੱਚ ਜਾਣਾ ਆ ਤੇ ਉਹਦੀ ਫੀਸ ਹੈਗੀ ਹੈ $25 ਅੱਛਾ ਇਹ ਤਾਂ ਬਿਲਕੁਲ ਘਟਾਤੇ ਆ ਇਹ ਨਾਲ ਤਾਂ ਇਹਦਾ ਮੈਨੂੰ ਲੱਗਦਾ UCI ਉਹ ਤਾਂ ਬਿਲਕੁਲ ਹੀ ਘੱਟ ਜਾਣੇ ਆ ਪਰ ਅਜੇ ਨੇ 5 ਸਾਲਾਂ ਦਾ ਲੈ ਲਿਆ ਉਹਨੂੰ ਕੀ ਜ਼ਰੂਰਤ ਹਾਂਜੀ ਹਾਂਜੀ UCI ਨੂੰ ਚੱਕਣਾ ਪੈਣਾ ਸੋ ਇਹਦੇ ਬਾਰੇ ਇਹ ਇਹ ਬੜਾ ਹੁਣ ਜੇ ਇੰਡੀਆ ਜਾਣਾ ਹੋਵੇ ਤਾਂ ਧਿਆਨ ਰੱਖਿਓ ਵੀ ਕਿਹੜੀ ਸਕੀਮ ਦੇ ਵਿੱਚ ਤੁਸੀਂ ਜਾਣਾ ਕਦੋਂ ਜਾਣਾ ਆ ਸੋ ਉਸ ਹਿਸਾਬ ਨਾਲ ਨਾਲੇ ਸੌਖਾ ਵੀ ਵੀਜ਼ਾ ਸੈਂਟਰ ਨਹੀਂ ਜਾਣਾ ਪਊਗਾ ਘਰੇ ਹੀ ਉੱਥੇ ਆਪਣੇ ਕੰਪਿਊਟਰ 'ਤੇ ਫਾਰਮ ਭਰ ਲਿਆ ਤੇ ਉੱਥੇ ਵੀਜ਼ਾ ਬਣ ਕੇ ਆ ਗਿਆ ਅੱਛਾ ਦੂਜਾ ਲੱਖਣ ਜੀ ਇੱਕ ਨਾ ਇਹਨਾਂ ਨੇ ਹੋਰ ਨਵੀਂ ਚੇਂਜ ਕੀਤੀ ਹੈ ਹੁਣੀ ਦੇ ਰੀਸੈਂਟਲੀ ਜੀ ਪਹਿਲਾਂ ਹੁੰਦਾ ਸੀ ਜੇ ਤੁਸੀਂ ਇੰਡੀਆ ਜਾਂਦੇ ਹੋ ਨਾ ਜੇਕਰ ਢਿੱਲੇ ਮੱਠੇ ਹੋ ਗਏ ਆ ਤਾਂ ਉੱਥੇ ਤੁਹਾਨੂੰ ਹੌਸਪੀਟਲ 'ਚ ਟ੍ਰੀਟਮੈਂਟ ਲਈ ਜਾਣਾ ਪੈਂਦਾ ਸੀਗਾ ਹੌਸਪੀਟਲ ਵਾਲੇ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਵੀ ਜੇ ਤੁਹਾਡੀ ਟ੍ਰੀਟਮੈਂਟ ਲੰਬੀ ਆ ਹੌਸਪੀਟਲ ਦਾਖਲ ਹੋਣਾ ਪੈਣਾ ਉਹ ਇਹ ਕਹਿੰਦੇ ਸੀ ਵੀ ਤੁਸੀਂ ਜਿਹੜਾ ਵੀਜ਼ਾ ਵਿਜ਼ਟਰ ਵੀਜ਼ਾ ਆ ਤੁਸੀਂ ਇਹਨੂੰ ਮੈਡੀਕਲ ਵੀਜ਼ਾ ਬਣਾ ਕੇ ਆਓ ਪਹਿਲਾਂ ਅੱਛਾ ਜੀ ਮਤਲਬ ਉਹ ਵੀਜ਼ਾ ਤਾਂ ਜੇ ਤੁਹਾਨੂੰ ਟ੍ਰੀਟਮੈਂਟ 6 ਮਹੀਨੇ ਤੋਂ ਜ਼ਿਆਦਾ ਵਾਲੀ 180 ਦਿਨ ਤੋਂ ਜ਼ਿਆਦਾ ਵਾਲੀ ਹੈ ਇੰਡੀਆ 'ਚ ਹਾਂਜੀ ਇੰਡੀਆ 'ਚ ਠੀਕ ਹੈ ਅੱਛਾ ਹੁਣ ਇਹਨਾਂ ਨੇ ਉਹ ਸ਼ਰਤ ਹਟਾਤੀ ਹੁਣ ਕਹਿੰਦੇ ਜਿਹੜੇ ਮਰਜ਼ੀ ਵੀਜ਼ੇ 'ਤੇ ਹੈਗੇ ਆ ਤੁਸੀਂ ਜੇ ਤੁਹਾਡੀ ਟ੍ਰੀਟਮੈਂਟ 6 ਮਹੀਨੇ ਤੱਕ ਦੀ ਹੈ ਨਾ ਵੀ ਉਹਦੇ ਵਾਸਤੇ ਤੁਹਾਨੂੰ ਉਹ ਹੁਣ ਵੀਜ਼ਾ ਟ੍ਰਾਂਸਫਰ ਕਰਨ ਦੀ ਲੋੜ ਨਹੀਂ ਤੁਸੀਂ ਸਿੱਧਾ ਹੀ ਉੱਥੇ ਹੌਸਪੀਟਲ ਜਾ ਕੇ ਟ੍ਰੀਟਮੈਂਟ ਕਰਾ ਲਓ 1 ਦਿਨ ਦੀ ਹਫ਼ਤੇ ਦੀ ਮਹੀਨੇ ਦੀ ਜਿੰਨੀ ਵੀ ਹੈਗੀ ਆ ਮੈਡੀਕਲ ਵੀਜ਼ਾ ਉਹ ਜਾ ਕੇ ਬਣਾਉਂਦੇ ਨਹੀਂ ਇੱਥੋਂ ਹੀ ਲੈਣਾ ਪੈਂਦਾ ਆ ਤੁਹਾਨੂੰ ਕੀ ਪਤਾ ਬਿਮਾਰ ਹੋਣਾ ਕਦੇ ਨਹੀਂ ਜੇ ਬੰਦਾ ਉਧਰ ਦੀ ਉੱਤੇ ਨਹੀਂ ਉੱਤੇ ਜੇ ਲੰਬੀ ਆ ਤਾਂ ਬਿਮਾਰ ਹੋ ਜਾਵੇ ਹਾਂਜੀ ਜਿਹੜਾ ਲੰਬੀ ਟ੍ਰੀਟਮੈਂਟ ਹੈਗੀ ਆ ਅਤੇ ਫਿਰ ਉਹ ਕਹਿੰਦੇ ਤੁਸੀਂ ਟੂਰਿਸਟ ਵੀਜ਼ੇ ਨੂੰ ਪਹਿਲਾਂ ਮੈਡੀਕਲ ਵੀਜ਼ੇ 'ਚ ਕਰਕੇ ਆਓ ਵੀ ਅਸੀਂ ਤੁਹਾਡੀ ਟ੍ਰੀਟਮੈਂਟ ਤਾਂ ਕਰਾਂਗੇ ਪਰ ਬੰਦਾ ਤਾਂ ਭੋਜਨ ਜੀ ਉੱਥੇ ਬਿਮਾਰ ਹੋ ਗਿਆ ਹਾਂਜੀ ਹਾਂਜੀ ਉਹ ਵੀਜ਼ਾ ਇੱਥੋਂ ਮੁੜ ਕੇ ਆਨਲਾਈਨ ਲੈ ਅਤੇ ਉੱਥੇ ਫਿਰ ਕਰੋਗੇ ਫਿਰ ਦਿੱਲੀ ਵਾਲਿਆਂ ਤੋਂ ਹਾਂਜੀ ਪਹਿਲਾਂ ਇੱਦਾਂ ਕਰਦੇ ਪਰ ਹੁਣ ਕਹਿੰਦੇ ਜਿਹੜਾ ਵੀਜ਼ਾ ਹੈਗਾ ਉਹਦੇ ਵਿੱਚ ਤੁਸੀਂ 6 ਮਹੀਨੇ ਤੱਕ ਦੀ ਟ੍ਰੀਟਮੈਂਟ ਤੁਸੀਂ ਉਹਦੇ ਸਿੱਧੀ ਕਰਾ ਸਕਦੇ ਆ ਤੁਹਾਨੂੰ ਵੀਜ਼ਾ ਨਹੀਂ ਚੇਂਜ ਕਰਨਾ ਪਊਗਾ ਆਈ ਥਿੰਕ ਕਾਫੀ ਚੀਜ਼ਾਂ ਜਿਹੜੀਆਂ ਬਹੁਤ ਈਜ਼ੀ ਕਰ ਦਿੱਤੀਆਂ ਨੇ ਇੱਕੋ ਇੱਕ ਇਹਨਾਂ ਸ਼ਰਤ ਰੱਖੀ ਵੀ ਜੇ ਤੁਸੀਂ ਮਤਲਬ ਜੇ ਤੁਸੀਂ ਨਾ ਜੇ ਉੱਥੇ ਆ ਕੇ ਕੋਈ ਔਰਗਨ ਟ੍ਰਾਂਸਪਲਾਂਟ ਲਈ ਆ ਉਹ ਨਹੀਂ ਤੁਸੀਂ ਉੱਥੇ ਇੱਦਾਂ ਕਰ ਸਕਦੇ ਉਹਦੇ ਵਾਸਤੇ ਇੱਥੋਂ ਹੀ ਉਹ ਵੀਜ਼ਾ ਲੈ ਕੇ ਜਾਣਾ ਪਊਗਾ ਠੀਕ ਹੈ ਚਲੋ ਜੀ ਮੈਂ ਇੱਦਾਂ ਵੀ ਹੋ ਸਕਦਾ ਸੀ ਬਹੁਤ ਸਾਰੇ ਦਰਸ਼ਕਾਂ ਦੇ ਫੋਨ ਨਾ ਲੈ ਸਕੇ ਹੋਈਏ ਉਸ ਉਹਨਾਂ ਤੋਂ ਅਸੀਂ ਖਿਮਾ ਮੰਗਦੇ ਹਾਂ ਗੱਲਬਾਤ ਕਰਦੇ ਹਾਂ ਕੋਈ ਗੱਲ ਗਲਤ ਕਹਿ ਗਈ ਹੋਈ ਉਹਦੀ ਵੀ ਅਸੀਂ ਖਿਮਾ ਮੰਗਦੇ ਹਾਂ ਇਹ ਇਸੇ ਤਰ੍ਹਾਂ ਹੀ ਜਿਹੜਾ ਪ੍ਰੋਗਰਾਮ ਹੈ ਅਗਲੇ ਹਫ਼ਤੇ ਵੀ ਅਸੀਂ ਕਿਉਂਕਿ ਆ ਜਿਹੜਾ 12 ਸਾਲਾਂ ਵਾਲਾ ਬਹੁਤ ਵੱਡਾ ਇਹਦੇ 'ਚ NRI ਫਿਕਰਮੰਦ ਆ ਪਰ ਉਹਦੇ ਲਈ ਥੋੜ੍ਹੀ ਜਿਹੀ ਤੁਹਾਨੂੰ ਸੁਚੇਤ ਹੋਣ ਦੀ ਜ਼ਰੂਰ ਲੋੜ ਆ ਪਰ ਐਡੇ ਫਿਕਰ ਵਾਲੀ ਗੱਲ ਨਹੀਂ ਗੀ ਸੋ ਅਗਲੇ ਹਫ਼ਤੇ ਫਿਰ ਅਸੀਂ ਤੁਹਾਡੀ ਸੇਵਾ 'ਚ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਬਾਕੀ ਹੜ੍ਹ ਪੀੜਤਾਂ ਵਾਲਿਆਂ ਦਾ ਜ਼ਰੂਰ
ख्याल रखो जी, अंत विच फतेह बुलाओ। वाहेगुरु जी का खालसा, वाहेगुरु जी की फतेह।